ਛੱਤੀਸਗੜ ਹਾਰ ਗਏ ਉਸ ਤੋਂ ਪਹਿਲਾਂ ਗਜਰਾਤ ਹਾਰ ਕੇ ਹਰ ਜਗ੍ਹਾ ਹਾਰ ਰਹੇ ਨੇ ਉਹ ਬੇਵਕੂਫ ਲੋਕ ਥੋੜੀ ਨੇ ਸ਼ਾਇਦ ਉਹਨਾਂ ਨੇ ਇਥੋਂ ਫੋਨ ਕਰਕੇ ਨਾ ਪਤਾ ਕਰ ਲਿਆ ਹੋਵੇ ਪੰਜਾਬ ਚ ਕਿਹੜੀ ਡਿਵੈਲਪਮੈਂਟ ਚੱਲ ਰਹੀ ਹੈ ਪਾੜ ਕੇ ਸਿੱਧ ਦਿਓ ਆਪਦੀ ਵੋਟ ਜੇ ਨਿਕਤੇ ਨਹੀਂ ਯੂਜ਼ ਕਰਨੀ ਕਿਸੇ ਪਾਰਟੀ ਨੂੰ ਪਾਇਓ ਨਾ ਪਾਇਓ ਪਰ ਆਮ ਆਦਮੀ ਪਾਰਟੀ ਤੁਹਾਡੀ ਵੋਟ ਦਾ ਹੱਕਦਾਰ ਨਹੀਂ ਹੈਗੀ ਉਹਦੇ ਉਹਦੇ ਨਾਲ ਟ੍ਰੈਜੇਡੀ ਹੋ ਗਈ ਸਾਡੇ ਨਾਲ ਟ੍ਰੈਜੇਡੀ ਹੋ ਗਈ ਉਹ ਮੁੱਖ ਮੰਤਰੀ ਬਣ ਗਿਆ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਸੁਪਨੇ ਚ ਵੀ ਮੈਂ ਮੁੱਖ ਮੰਤਰੀ ਬਣਨੀ ਕਹੇ ਜੇ ਕਹੇ ਜੇ ਬਿਆਨ ਦਿੰਦਾ ਸਤਾਇਓ ਦਿੰਦਾ ਸੀ ਨਾ ਵੋਟਾਂ ਤਾਂ ਇਹ ਭੁੱਲ ਜਾਣ ਇਹਨੂੰ ਹਿੰਦੁਸਤਾਨ ਨੇ ਨਹੀਂ ਅਪਣਾਉਣਾ ਨਰਿੰਦਰ ਮੋਦੀ ਇਹ ਪੰਜਾਬ ਦਾ ਅਜ ਬਦਲਾ ਲੈ ਰਿਆ ਇਹਨਾਂ ਦੇ ਲੀਡਰ ਚੱਕ ਚੱਕ ਜੇਲਾ ਚ ਸਿੱਟ ਰਿਆ ਆ ਰਾਗਵ ਚੱਡੇ ਆਰਗਿਆਂ ਦੀ ਜਿਹੜੇ ਇਨਕੁਆਰੀਆਂ ਖੋਲ ਲੈਣ ਤੇ ਦੂਜਾ ਕੇਸਰੀਵਾਲ ਜਿੱਤੇ ਇਹ ਅੰਦਰ ਜਾਊਗਾ ਤਾਂ ਪੰਜਾਬ ਦੇ ਸੀਨੇ ਠੰਡ ਪਾਊਗੀ ਸਿੱਖ ਕੌਮ ਦਾ ਮੁੱਖ ਮੰਤਰੀ ਐ ਤੇ ਉਥੇ ਲੱਗਿਆ ਫਿਰਦਾ ਰਾਗੋ ਚੱਡੇ ਅਰਗਿਆ ਦੇ ਪੈਰੀ ਹੱਥ ਲਾਈ ਜਾਂਦੇ ਆ ਕੱਲ ਦੀ ਭੂਤਨੀ ਸਿਵਿਆਂ ਚ ਅੱਦ ਜਿਹੜਾ ਸਾਡੇ ਸੋਹਣੇ ਦੇਸ਼ ਪੰਜਾਬ ਨਾਲ ਅਜੇ ੱੱਕੇ ਹੋ ਰਿਹਾ ਐ ਐਡੇ ਐਡੇ ਵਾਅਦੇ ਕੀਤੇ ਵਾਅਦੇ ਤੇ ਕਿਸੇ ਤੇ ਖਰਾ ਨਹੀਂ ਉਤਰੇ ਉਸ ਦਾ ਬਦਲਾ ਕੌਣ ਲਊ ਉਸ ਦਾ ਬਦਲਾ ਹਮੇਸ਼ਾ ਵਿਰੋਧੀ ਧਿਰ ਲੈਂਦੀ ਹੁੰਦੀ ਆ ਪਰ ਵਿਰੋਧੀ ਧਿਰ ਇਹਨਾਂ ਨਾਲ ਰਲੀ ਵੀ ਆ ਕਾਂਗਰਸ ਅੱਜ ਭਗਵੰਤ ਮਾਨ ਰਾਜੇਵੜਿੰਗ ਨਾਲ ਖੜਾ ਕੱਲ ਨੂੰ ਰਾਜਾ ਵੜੰਗੀ ਇਹਨਾਂ ਨੂੰ ਛੱਤਰ ਛਾਇਆ ਦੇਊਗਾ ਖੈਰਾ ਅੰਦਰ ਆ ਬੀਤੇ ਡੇ ਜੇ ਜੜਾ ਚ ਤੇਲ ਹੈਗਾ ਕਾਂਗਰਸ ਦੇ ਤਾਂ ਲਾਉਂਦੇ ਨਾ ਪੰਜਾਬ ਬੰਦ ਕਰ ਦਿੰਦੇ ਸਾਰਾ ਪੰਜਾਬ ਆ ਕੇ ਨਾਲ ਖੜ ਜਾਣਾ ਸੀ ਜੇ 92 ਬੰਦੇ ਆ 92 ਬੰਦਿਆਂ ਦਾ ਤੁਸੀਂ ਨਾ ਜਾਣਦੇ ਹੋ ਸਾਰਿਆਂ ਸਾਡੇ ਤਾਂ ਨਾਂ ਵੀ ਨਹੀਂ ਇਹਨਾਂ ਦੇ ਚਿੱਤੇ ਕਦੇ ਕਿਸੇ ਘੋੜਿਆਂ ਬਾਰੇ ਕਹਿ ਰਿਹਾ ਅਸੀਂ ਕੀ ਲੈਣਾ ਭਾਈ ਮਜੀਠੀਆ ਦੇ ਪਰਿਵਾਰ ਦੇ ਘੋੜਿਆਂ ਤੋਂ ਸਾਨੂੰ ਤਾਂ ਪਤਾ ਵੀ ਨਹੀਂ ਸੀ ਵੀ ਮਜੀਠੀਆ ਦਾ ਪਰਿਵਾਰ ਹੈ ਕਿ ਵੀ ਇਹ ਸੋਸ਼ਲ ਮੀਡੀਆ ਦੀ ਸਰਕਾਰ ਆ ਇਹਨੂੰ ਹੁਣ ਤੁਸੀਂ ਸੋਸ਼ਲ ਮੀਡੀਆ ਰਾਹੀਂ ਟਾਓ ਅੱਜ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਇਸ ਚੀਜ਼ ਦੇ ਲਾਇਕ ਨਹੀਂ ਵੀ ਜਿਹੜੀਆਂ ਕਿਸਮਤਾਂ ਨੇ ਇਹਨਾਂ ਨੂੰ ਬਾਦਸ਼ਾਹੀਆਂ ਬਖਸ਼ੀਆਂ ਉਸ ਨੂੰ ਹੰਡਾ ਸਕਦੇ ਮੈਂ ਵੀ ਜਿੰਨਾ ਮਰਜ਼ੀ ਕਹੀ ਜਾਵਾਂ ਵੀ ਅਸੀਂ ਪੰਜਾਬੀ ਹੁੰਨੇ ਆ ਅਸੀਂ ਐ ਥਾੱਪੀ ਮਾਰਦੇ ਆ ਚੱਕਦੇ ਆ ਦਰਿਆਵਾਂ ਦੇ ਪੰਨ ਮੋੜ ਦਿੰਦੇ ਆ ਪਰ ਆਪਾਂ ਨੂੰ ਇਹ ਸਰਕਾਰਾਂ ਨੇ ਢਾ ਲਿਆ ਅੱਜ ਲੋਕਵਾਚੀ ਵੀ ਨਾਲ ਜੁੜੇ ਤੁਸੀਂ ਮਾਇਆ ਹਮਤਾਜ ਬੀਤੇ ਦਿਨ ਚਾਰ ਰਾਜਾਂ ਦੇ ਵਿੱਚ ਵੋਟਾਂ ਦਾ ਰਿਜ਼ਲਟ ਆਉਂਦਾ ਉਹਦੇ ਵਿੱਚ ਬੀਜੇਪੀ ਤਿੰਨ ਸੱਤਾਵਾਂ ਤੇ ਸਰਕਾਰ ਬਣਦੀ ਹੈ ਇੱਕ ਥਾਂ ਤੇ ਕਾਂਗਰਸ ਦੀ ਬਣਦੀ ਹੈ ਪਰ ਜਿਹਦਾ ਨਾਮੋ ਨਿਸ਼ਾਨੀ ਨਹੀਂ ਕੀਤਾ ਆ ਉਹ ਐਮ ਆਮ ਆਨੀ ਪਾਰਟੀ ਤੇ ਆਵਾਮ ਆਨੀ ਪਾਰਟੀ ਦੀ ਸਰਕਾਰ ਦਿੱਲੀ ਤੇ ਪੰਜਾਬ ਵਿੱਚ ਹੈ ਪੰਜਾਬ ਦਾ ਕਰੋੜਾਂ ਰੁਪਇਆ ਉਹਨਾਂ ਨੇ ਐਡਵਰਟਾਈਜ਼ਮੈਂਟ ਤੇ ਲਾਇਆ ਹੋਰ ਅਸਟੇਟਾਂ ਵਿੱਚ ਜਾ ਕੇ ਮੁੱਖ ਮੰਤਰੀ ਸਾਹਿਬ ਖੁਦ ਵੀ ਕਹਿੰਦੇ ਰਹੇ ਆ ਕਿ ਸਾਨੂੰ ਵਿਰੋਧੀ ਕਹਿੰਦੇ ਆ ਕਿ ਇੰਨੇ ਪੈਸੇ ਖਰਾਬ ਕਰਤੇ ਐ ਕਰਤਾ ਤੇ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇ ਜਦੋਂ ਸਾਡੀ ਸਰਕਾਰ ਬਣੀ ਪਰ ਇੱਕ ਵੀ ਸੀਟ ਨਾ ਆਉਣਾ ਚਾਹੇ ਰਾਜਾਂ ਦੇ ਵਿੱਚ ਤੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਸੈਣੀ ਤੋਂ ਹੁਣ ਸਾਬਕਾ ਹੋ ਚੁੱਕਿਆ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਜੀ ਨੇ ਸਰਪੰਚ ਸੱਸੀਕਾਲ ਜੀ ਸੱਸੀਕਾਲ ਜੀ ਲੋਕ ਆਵਾਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬੜਾ ਅਦਬ ਤੇ ਸਤਿਕਾਰ ਸੋ ਹਮੇਸ਼ਾ ਜਿਹੜੇ ਤੁਹਾਡੇ ਸਰੋਤੇ ਹੁੰਦੇ ਨੇ ਬੜੇ ਕੁਆਲਿਟੀ ਦੇ ਸਰੋਤੇ ਹੁੰਦੇ ਨੇ ਮੈਂ ਅਕਸਰ ਦੇਖਦਾ ਰਹਿਣਾ ਜਿਹੜੇ ਤੁਹਾਡੇ ਕਮੈਂਟਸ ਹੁੰਦੇ ਨੇ ਜਾਂ ਲੋਕ ਦੇਖਦੇ ਨੇ ਕਿਵੇਂ ਦੇਖਦੇ ਹੋ ਜਿਵੇਂ ਹੋਰਾਂ ਸੂਬਿਆਂ ਦੇ ਵਿੱਚ ਜਾ ਕੇ ਕਹਿੰਦੇ ਕਿ ਸਾਡਾ ਕੰਮ ਬੋਲਦਾ ਹੈ ਪੰਜਾਬ ਦੇ ਵਿੱਚ ਵੀ ਪਹਿਲਾਂ ਕਹਿ ਕੇ ਪੰਜਾਬ ਦੇ ਲੋਕਾਂ ਨੇ ਸਾਨੂੰ ਸਰਕਾਰ ਦੇ ਵਿੱਚ ਲਿਆਂਦਾ ਸਾਡੇ ਕੰਮ ਦੇਖ ਕੇ ਦਿੱਲੀ ਦੇ ਹੁਣ ਉੱਥੇ ਜਾ ਕੇ ਕਹਿੰਦੇ ਸੀ ਕਿ ਸਾਡਾ ਪੰਜਾਬ ਦੇ ਵਿੱਚ ਕੀਤਾ ਕੰਮ ਦੇਖੋ ਫਿਰ ਸਾਨੂੰ ਵੋਟ ਪਾਓ ਕੀ ਲੱਗਦਾ ਫਿਰ ਸੋ ਮੈਂ ਤਾਂ ਕਹਿੰਦਾ ਵੀ ਬੜੇ ਦੇਖੋ ਜੇ ਅੱਜ ਸਾਰਾ ਪੰਜਾਬ ਦੋਸ਼ ਦੇ ਰਿਹਾ ਆ ਆਮ ਆਦਮੀ ਪਾਰਟੀ ਨੂੰ ਹਾਹਾਕਾਰ ਮੱਚੀ ਵੀ ਅਭ ਇਹ ਆਏ ਕਰ ਰਿਹਾ ਕੰਮ ਨਹੀਂ ਕਰ ਰਿਹਾ ਫਲਾਨ ਨਾ ਤੇਮਕਾ ਤਾਂ ਕਿਤੇ ਨਾ ਕਿਤੇ ਵੋਟਰ ਵੀ ਤਾਂ ਜ਼ਿੰਮੇਵਾਰ ਹੈਗੇ ਨੇ ਤੇ ਆਪਾਂ ਜਿੱਥੇ ਆਪਦੀ ਜ਼ਿੰਮੇਵਾਰੀ ਲੈਣੀ ਹੁੰਦੀ ਆ ਉੱਥੇ ਆਪਾਂ ਪਿੱਛੇ हट ਜਾਂਦੇ ਆ ਆਪਣੀ ਸੋਚ ਮੁਤਾਬਕ ਹੀ ਜਹਜ ਜੀ ਪ੍ਰਜਾ ਉਹ ਹੈ ਜਰਾਜਾ ਸੋ ਉਥੋਂ ਦੀ ਮੈਂ ਕਹਿੰਦਾ ਵੀ ਜਿਹੜੇ ਆਪਣੇ ਤੋਂ ਕਾਫੀ ਪਿੱਛੇ ਸੀ ਸਟੇਟਾ ਜਿਹੜਾ ਇੱਕ ਇੰਡੈਕਸ ਆ ਉਹਦੇ ਵਿੱਚ ਜੇ ਪੰਜਾਬ ਦੂਜੇ ਤੀਜੇ ਨੰਬਰ ਸੀ ਇਹ ਸਟੇਟਾ ਕਾਫੀ ਪਿੱਛੇ ਸੀ ਸੋ ਉਹਨਾਂ ਲੋਕਾਂ ਦੀ ਦੇਖੋ ਸੋਚ ਕਿੰਨੀ ਵਧੀਆ ਮੈਂ ਤਾਂ ਕਹਣਾ ਉਹਨਾਂ ਨੇ ਇਸ ਪਾਰਟੀ ਨੂੰ ਨਕਾਰਿਆ ਸ਼ਾਇਦ ਉਹਨਾਂ ਨੇ ਇਥੋਂ ਫੋਨ ਕਰਕੇ ਨਾ ਪਤਾ ਕਰ ਲਿਆ ਹੋਵੇ ਵੀ ਪੰਜਾਬ ਚ ਕਿਹੜੀ ਡਵੈਲਪਮੈਂਟ ਚੱਲ ਰਹੀ ਹੈ ਤੇ ਜੇ ਉਹਨਾਂ ਨੇ ਫੋਨ ਕਰਕੇ ਪਤਾ ਕੀਤਾ ਹੋਊਗਾ ਤਾਂ ਇਹ ਹੀ ਆ ਕਤਲੋ ਗਾਰਡ ਠੀਕ ਆ ਜਿਹੜਾ ਆ ਸਿਸਟਮ ਆ ਇਹ ਸਾਰਾ ਕਲਾਪਸ ਹੋ ਗਿਆ ਸੋ ਅੱਜ ਪੀੜਤ ਨੇ ਸਾਰਾ ਪੰਜਾਬ ਪੀੜਤ ਆ ਇਹਨਾਂ ਤੋਂ ਹਾ ਦਾ ਨਾਰਾ ਮਾਰ ਰਹੇ ਆ ਪਰ ਸਰਕਾਰਾਂ ਮੂਰੇ ਜੋਰ ਨਹੀਂ ਚੱਲਦਾ کافی ਵੱਡਾ ਇਹਨਾਂ ਕੋਲੇ ਧਨ ਬਲ ਤੇ ਹਰ ਤਰ੍ਹਾਂ ਦਾ ਜਿਹੜਾ ਸਿਸਟਮ ਆ ਪਰਚੇ ਨਜ਼ਾਇਜ਼ ਕਰ ਦਿੰਦੇ ਆ ਲੋਕ ਡਰ ਆਏ ਨੇ ਪਰ ਬਹੁਤ ਹੀ ਭਿਆਨਕ ਸਮਾਂ ਪੰਜਾਬ ਵਾਸਤੇ ਸੋ ਇਸ ਭਿਆਨਕ ਸਮੇਂ ਚੋਂ ਜੇ ਨਿਕਲਣਾ ਤੇ ਲੰਬੰਦ ਹੋ ਕੇ ਲੜਨਾ ਪੈਣਾ ਸਾਰਿਆਂ ਨੂੰ ਕੀ ਲੱਗਦਾ ਵੀ ਇਹੀ ਜਿਹੜੇ ਤੁਸੀਂ ਕਹਿ ਰਹੇ ਹੋ ਪਰਚੇ ਹੋ ਰਹੇ ਆ ਜਾਂ ਕਤਲੋਗਾਰਧ ਹੋ ਰਹੀ ਆ ਇਹ ਕੁਝ ਉਹਨਾਂ ਲੋਕਾਂ ਨੇ ਦੇਖ ਲਿਆ ਵਾਕਈ ਦੇਖ ਲਿਆ ਜਿਵੇਂ ਇਹ ਕਹਿੰਦੇ ਸੀ ਕਿ ਸਾਡਾ ਪੰਜਾਬ ਦੇਖੋ ਆ ਕੇ ਵਾਕਈ ਉਹ ਲੋਕ ਮੈਂ ਗੇਨ ਕਰ ਗਏ ਚੀਜ਼ ਸਾਰਾ ਸਿਸਟਮ ਮੇਨੋ ਖਿਆਲ ਪੜ ਗਏ ਵੀ ਇਹ ਤਾਂ ਝੂਠ ਬੋਲ ਰਿਹਾ ਤੇ ਦੇਖੋ ਨਾ ਪੰਜਾਬ ਦੀ ਰਾਜਨੀਤੀ ਨੂੰ ਕਿਸ ਕਦਰ ਥੱਲੇ ਘਰਾਤਾ ਠੀਕ ਆ ਮੁੱਖ ਮੰਤਰੀ ਆ ਪੰਜਾਬ ਦਾ ਨਹੀਂ ਸਾਡਾ ਵੀ ਮੁੱਖ ਮੰਤਰੀ ਆ ਹਰ ਇਨੂੰ ਸਾਰਾ ਵਰਲਡ ਫਾਲੋ ਕਰਦਾ ਸਿੱਖ ਕੌਮ ਦਾ ਮੁੱਖ ਮੰਤਰੀ ਆ ਤੇ ਉਥੇ ਲੱਗਿਆ ਫਿਰਦਾ ਰਗ ਚੱਡੇ ਅਰਗਿਆ ਦੇ ਪੈਰੀ ਹੱਥ ਲਾਈ ਜਾਂਦੇ ਆ ਕੱਲ ਦੀ ਭੂਤਨੀ ਸਿਵਿਆਂ ਚੱਦ ਤਾਂ ਕੇਸਰੀਵਾਲ ਦਾ ਸਿਸਟਮ ਕੀ ਆ ਕੇਜੀਵਾਲ ਦੀ ਕੋਈ ਪ੍ਰਾਪਤੀ ਕੀ ਆ ਰਾਜਨੀਤਿਕ ਸਮਾਜ ਪ੍ਰਤੀ ਪ੍ਰਾਪਤੀ ਇਹਨਾਂ ਦੀ ਪਾਰਟੀ ਦੀ ਕਿਹੜੇ ਕਿਹੜੇ ਬੰਦੇ ਦੀ ਪ੍ਰਾਪਤੀ ਆ ਜੇ 92 ਬੰਦੇ ਆ 92 ਬੰਦਿਆਂ ਦਾ ਤੁਸੀਂ ਨਾ ਜਾਣਦੇ ਹੋ ਸਾਰਿਆਂ ਦਾ ਸਾਡੇ ਤਾਂ ਨਾਂ ਵੀ ਨਹੀਂ ਇਹਨਾਂ ਦੇ ਚਿੱਤੇ ਸੋ ਕਵਾਲਿਟੀ ਦੀ ਜਿਹੜੀ ਬੜੀ ਕਮੀਆਂ ਇਮਤਿਆਜ਼ੀ ਇਹਨਾਂ ਚ ਕਵਾਲਿਟੀ ਨਾਲ ਹੀ ਮਤਲਬ ਲੋਕ ਤੁਹਾਡੇ ਨਾਲ ਜੁੜਦੇ ਆ ਜਦੋਂ ਕਵਾਲਿਟੀ ਦੀ ਕਮੀ ਹੋ ਜੇ ਫਿਰ ਤਾਂ ਔਖਾ ਹੀ ਆ ਸਾਰਾ ਸਿਸਟਮ ਹਾਂਜੀ ਹੋਰ ਜਿਹੜੇ ਕਰੋੜਾਂ ਰੁਪਏ ਲਾਇਆ ਹਨ ਕਰੋੜਾਂ ਰੁਪਏ ਲਾ ਕੇ ਇੱਕ ਵੀ ਸੀਟ ਨਾ ਆਉਣਾ ਵੀ ਇੰਨੇ ਰੁਪਏ ਤਾਂ ਬੰਦਾ ਕਈ ਲੋਕ ਕਹਿ ਰਹੇ ਕਿ ਮੋਲੀ ਖਰੀਦ ਲੈਂਦੇ ਯਾਰ ਇਹ ਨਹੀਂ ਤਾਂ ਆਏ ਨਹੀਂ ਸੀਗੇ ਕਰੋੜਾਂ ਰੁਪਏ ਲਾ ਕੇ ਤੇ ਕੱਲ ਨੂੰ ਇਸ ਚੀਜ਼ਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਬੇੜਾ ਜਿਹੜਾ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਇਹਦੀ ਜਾਂਚ ਕੌਣ ਕਰੂਗਾ ਪਰ ਇਹ ਜਿੰਨੇ ਵੀ ਮਤਲਬ ਇਲੀਗਲ ਕੰਮ ਕਰ ਲੈਣ ਜਿੰਨਾ ਵੀ ਭ੍ਰਸ਼ਟਾਚਾਰ ਰਾਹੀਂ ਆਮ ਆਦਮੀ ਪਾਰਟੀ ਪੈਸਾ ਇਕੱਠਾ ਕਰ ਲੈਣ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕੁਝ ਨਹੀਂ ਹੋਣਾ ਚਾਹੇ ਸਰਕਾਰ ਵੀ ਬਦਲ ਗਈ ਕਾਂਗਰਸ ਦਾ ਇਹਨਾਂ ਦਾ ਸਿਰ ਤੇ ਹੱਥ ਹੋ ਜਾਣਾ ਉਹਨੋਂ ਤੱਕ ਤਾਂ ਇਹਨਾਂ ਦੀ ਜਿਹੜੀ ਆ ਉਹ ਦਿੱਲੀ ਦੀ ਸਟੇਜ ਤਾਂ ਨੈਸ਼ਨਲ ਲੈਵਲ ਦੀ ਜਿਹੜੀ ਪਾਰਟੀ ਇੰਟਰਨੈਸ਼ਨਲ ਦੀ ਕਾਂਗਰਸ ਨੇ ਆਮ ਆਦਮੀ ਨਾਲ ਸ਼ੇਅਰ ਕਰ ਚੁੱਕੀ ਹੈ ਤੇ ਕੱਲ ਨੂੰ ਉਹਨੇ ਕਾਂਗਰਸ ਨਹੀਂ ਇਹਨਾਂ ਨੂੰ ਬਚਾਉਣਾ ਸੋ ਕੁਝ ਉਮੀਦ ਬੰਨੀ ਹੈ ਵੀ ਕੋਈ ਹੋਰ ਆ ਜੇ ਖੇਤਰੀ ਪਾਰਟੀ ਤਾਂ ਇਹਨਾਂ ਨੂੰ ਜੈਸੇ ਕਾ ਤੈਸਾ ਇਹਨਾਂ ਨਾਲ ਹੋਣੀ ਚਾਹੀਦੀ ਆ ਸੋ ਜਿੱਥੇ ਅੱਜ ਮੈਂ ਗੱਲ ਕਰਾਂ ਨਾ ਮੈਂ ਭੁੱਲ ਗਿਆ ਸੀ ਗੱਲ ਕਰਦਾ ਕਰਦਾ ਸਾਰਾ ਪੰਜਾਬ ਤਰਾਹੀ ਤਰਾਹੀ ਇਮਤਿਆਜ਼ ਜੀ ਕਰ ਰਿਹਾ ਵੀ ਜਿਸ ਤਰ੍ਹਾਂ ਇਹ ਸੱਤਾ ਚਲਾ ਰਿਹਾ ਹਰ ਇੱਕ ਵਰਗ ਦੁਖੀ ਹੈ ਗੱਲ ਕਰਨ ਦੀ ਕੋਈ ਨਹੀਂ ਵੀ ਐਨਾ ਦੁਖੀ ਆ ਉਸ ਦਾ ਬਦਲਾ ਕੌਣ ਲਓ ਜਿਹੜਾ ਸਾਡੇ ਸੋਹਣੇ ਦੇਸ਼ ਪੰਜਾਬ ਨਾਲ ਅਜੇ ੱੱੱਕੇ ਹੋ ਰਿਹਾ ਐਡੇ ਐਡੇ ਵਾਅਦੇ ਕੀਤੇ ਵਾਅਦੇ ਤੇ ਕਿਸੇ ਤੇ ਖਰਾ ਨਹੀਂ ਉਤਰੇ ਉਸ ਦਾ ਬਦਲਾ ਕੌਣ ਲਵੇ ਉਸ ਦਾ ਬਦਲਾ ਹਮੇਸ਼ਾ ਵਿਰੋਧੀ ਧਿਰ ਲੈਂਦੀ ਹੁੰਦੀ ਆ ਰਚਨਾਤਮਕ ਤਰੀਕੇ ਨਾਲ ਸਿਹਤਮੰਤ ਤਰੀਕੇ ਨਾਲ ਲੈਂਦੀ ਹੁੰਦੀ ਆ ਪਰ ਵਿਰੋਧੀ ਧਿਰ ਇਹਨਾਂ ਨਾਲ ਰਲੀਆਂ ਕਾਂਗਰਸ ਠੀਕ ਆ ਤੁਸੀਂ ਦੇਖੋ ਫਿਰ ਅਕਾਲੀ ਦਲ ਅਕਾਲੀ ਦਲ ਨੂੰ ਇਹ ਚੋਟ ਪਚਾ ਰਿਹਾ ਇੰਡਾਇਰੈਕਟਲੀ ਆਪ ਦੀਆਂ ਜਿਹੜੀਆਂ ਆਹੀ ਭੰਡਾਲੀਆਂ ਹਰਕਤਾਂ ਨਾਲ ਸੋ ਇਸ ਦਾ ਬਦਲਾ ਕੌਣ ਲਵੇ ਇਸ ਦਾ ਬਦਲਾ ਜੇ ਅੱਜ ਇੱਕੋ ਇੱਕ ਬੰਦਾ ਲੈ ਰਿਹਾ ਜੇ ਸਾਨੂੰ ਮਾੜੇ ਜੇ ਸਾਡੇ ਸੀਨੇ ਠੰਡ ਪਾ ਰਿਹਾ ਨਾ ਤਾਂ ਉਹਨੂੰ ਕਦੇ ਵੋਟ ਪਾਈ ਹੈ ਨਾ ਪਾਉਣੀ ਆ ਪਰ ਮੈਂ ਸਤਿਕਾਰ ਕਰਦਾ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਸਤਿਕਾਰ ਕਰਦਾ ਬੀਜੇਪੀ ਨਰਿੰਦਰ ਮੋਦੀ ਇਹ ਪੰਜਾਬ ਦਾ ਅੱਜ ਬਦਲਾ ਲੈ ਰਿਹਾ ਇਹਨਾਂ ਨਾਲ ਇਹਨਾਂ ਦੇ ਲੀਡਰ ਚੱਕ ਚੱਕ ਜੇਲਾਂ ਚ ਸਿੱਟ ਰਿਹਾ ਸਾਡੇ ਦਿਲ ਨੂੰ ਸਕੂਨ ਪਹੁੰਚਦਾ ਬੀ ਇਹ ਜਿਹੜੇ ਐਡੀਆਂ ਠੱਗੀਆਂ ਮਾਰ ਕੇ ਰਾਜ ਸੱਤਾ ਚਾਹੇ ਸੋਨਾ ਦਾ ਇਸ ਪੰਜਾਬ ਜਿਨ੍ਹਾਂ ਨੇ ਠੱਗਿਆ ਉਹਨਾਂ ਨੂੰ ਅੰਦਰ ਕਰ ਰਿਹਾ ਤੇ ਚਾਹੇ ਸ਼ਰਾਬ ਘਟਾਲਾ ਹੋਵੇ ਆ ਜਿਹੜੇ ਇਹਨਾਂ ਦੇ ਦਿੱਲੀ ਦੇ ਕਿੰਨੇ ਮਨਿਸਟਰ ਅੰਦਰ ਚਲੇ ਗਏ ਆ ਰਾਗਵ ਚੱਡੇ ਆਰਗਿਆਂ ਦੀ ਜਿਹੜੇ ਇਨਕੁਆਰੀਆਂ ਖੋਲ ਲੈਣ ਤੇ ਦੂਜਾ ਕੇਸਰੀਵਾਲ ਜਿੱਦੇ ਇਹ ਅੰਦਰ ਜਾਊਗਾ ਤਾਂ ਪੰਜਾਬ ਦੇ ਸੀਨੇ ਠੰਡ ਪਾਊਗੀ ਸੋ ਬਦਲਾ ਵਖੂਬੀ ਮੋਦੀ ਲਹਿਰਿਆ ਕਿਤੇ ਨਾ ਕਿਤੇ ਪੰਜਾਬ ਨਾਲ ਤੁਸੀਂ ਕਰੇ ਜਿਹੜੇ ਤੱਕੇ ਹੋਏ ਆ ਉਹਦਾ ਬਦਲਾ ਹੁਣ ਪ੍ਰਧਾਨ ਮੰਤਰੀ ਲੈ ਰਿਹਾ ਲਹਿਰਿਆ ਉਹ ਇਹ ਦੇਖੋ ਇਹ ਤਾਂ ਆਮ ਇਹ ਕਾਂਗਰਸ ਦਾ ਰਲ ਗਿਆ ਇਹਨਾਂ ਨਾਲ ਕਾਂਗਰਸ ਜਿੰਨੀ ਮਰਜ਼ੀ ਕਹੀ ਜਾਏ ਵੀ ਭਾਈ ਤੁਸੀਂ ਨੈਸ਼ਨਲ ਲੈਵਲ ਦੀ ਸਟੇਜ ਤੇ ਤੁਸੀਂ ਇਕੱਠੇ ਹੋ ਕੇਜਰੀਵਾਲ ਉਥੇ ਆ ਭਗਵੰਤ ਮਾਨ ਉਥੇ ਆ ਰਾਹੁਲ ਗਾਂਧੀ ਉਥੇ ਆ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਵੀ ਇਹਦੇ ਨਾਲ ਸਮਝੌਤਾ ਨਹੀਂ ਹੋਇਆ ਕਿਉਂ ਸਾਡੇ ਅੱਖੀ ਘੱਟਾ ਪਾਉਣੇ ਤੁਸੀਂ ਰਲ ਚੁੱਕੇ ਹੋ ਕੱਲ ਨੂੰ ਇਹਨਾਂ ਦੀਆਂ ਜਿਹੜੀਆਂ ਨਲਾਇਕੀਆਂ ਬੇਈਮਾਨੀ ਇਹਨਾਂ ਨਾਲ ਪੰਜਾਬ ਨੇ ਕੀਤੀ ਆ ਤੁਸੀਂ ਆ ਕੇ ਸਪੋਰਟ ਕਰੋਗੇ ਤੁਹਾਡਾ ਰਾਜਾ ਵੜੰਗੇ ਨਾਲ ਖੜ੍ਹਜੂਗਾ ਅੱਜ ਭਗਵੰਤ ਮਾਨ ਰਾਜਾ ਵੜੰਗੇ ਨਾਲ ਖੜਾ ਕੱਲ ਨੂੰ ਰਾਜਾ ਵੜੰਗੀ ਇਹਨਾਂ ਨੂੰ ਛਤਰਛਾਇਆ ਦੇਊਗਾ ਸੋ ਇਹੀ ਤਾਂ ਹੋਣਾ ਹੈਗਾ ਤੁਸੀਂ ਆਉਣ ਵਾਲੇ ਸਮੇਂ 'ਚ ਦੇਖ ਲਿਓ ਸੋ ਮੇਰੇ ਤਾਂ ਕਹਿੰਦੇ ਕਿ ਕੇਂਦਰ ਸਰਕਾਰ ਜਾਣ ਕੇ ਧੱਕਾ ਕਰ ਰਹੀ ਹੈ ਸਾਡੇ ਤਾਂ ਮਤਲਬ ਕੰਮ ਬਹੁਤ ਸਾਫ ਸੁਥਰਾ ਸਾਡੇ ਤਾਂ ਜਿਹੜੇ ਅੰਦਰ ਕੀਤੇ ਆ ਉਹ ਤਾਂ ਭਗਤ ਸਿੰਘ ਨੇ ਰਾਜਗੁਰੂ ਨੇ ਸੁਖਦੇਵ ਨੇ ਸਾਡੇ ਜਿਹੜੇ ਅੰਦਰ ਕਰ ਰਹੀ ਹੈ ਫੜਫੜ ਸਰਕਾਰ ਰਾਜਗੁਰੂ ਸੁਖਦੇਵ ਭਗਤ ਸਿੰਘ ਤਾਂ ਕਹੀਏ ਤਾਂ ਉਹ ਕੀ ਸੀ ਸਾਡਾ ਸਾਡੇ ਸਿੱਖ ਕੌਮ ਦੇ ਜਿਹੜੇ ਜਰਨੈਲ ਨੇ ਭਾਈ ਅਮਰਤਪਾਲ ਸਿੰਘ ਉਹ ਚੱਕ ਕੇ ਅੰਦਰ ਕਰਤਾ ਇਹ ਸਿੱਖ ਵਿਰੋਧੀ ਆ ਇਨਾਂ ਨੇ ਸਿੱਖ ਧਰਮ ਦੀ ਜਿਹੜੀ ਫਲਸਫੀ ਆ ਉਹਨੂੰ ਖਤਮ ਕਰਨ ਦਾ ਠੇਕਾ ਲਿਆ ਵਾ ਅਮਰਤਪਾਲ ਅੰਦਰ ਕੀਤਾ ਕੋਈ ਪੰਜਾਬ ਚੋਂ ਉੱਠਿਆ ਕੌਣ ਉੱਠੂਗਾ ਇਹ ਜੇ ਲੋਕਾਂ ਵਾਸਤੇ ਅਮਰਤਪਾਲ ਅੰਦਰ ਕੀਤਾ ਫਿਰ ਹੋਰ ਲੋਕਾਂ ਨੂੰ ਖੈਰੇ ਨੂੰ ਖੈਰੇ ਨੂੰ ਅੰਦਰ ਕੀਤਾ ਬਈ ਦੱਸੋ ਖੈਰਾ ਅੰਦਰ ਆ ਵੀ ਜਿਹੜੇ ਜੜਾਂ ਚ ਤੇਲ ਹੈਗਾ ਕਾਂਗਰਸ ਦੇ ਤਾਂ ਲਾਉਂਦੇ ਨਾ ਪੰਜਾਬ ਬੰਦ ਕਰ ਦਿੰਦੇ ਸਾਰਾ ਪੰਜਾਬ ਆ ਕੇ ਨਾਲ ਖੜ ਜਾਣਾ ਸੀ ਖੈਰੇ ਦੇ ਮਸਲੇ ਤੇ ਪਰ ਉਹ ਗਿਣੀ ਮਿਥੀ ਸਾਜ਼ਿਸ਼ ਤਹਿਤ ਸਖਪਾਲ ਸਿੰਘ ਖਹਿਰਾ ਜਿਹਦੀ ਮੈਂ ਕਦਰ ਕਰਦਾ ਚਾਹੇ ਉਹ ਕਾਂਗਰਸੀ ਆ ਮੈਂ ਕਾਂਗਰਸ ਪਾਰਟੀ ਚ ਹੈ ਨਹੀਂ ਅੱਜ ਮੈਂ ਉਹਦੀ ਕਦਰ ਕਰਦਾ ਜੇ ਉਹ ਅੰਦਰ ਆ ਤਾਂ ਇਹਨਾਂ ਦੀ ਗਿਣੀ ਮਿਥੀ ਸਾਜ਼ਿਸ਼ ਨਾਲ ਕਾਂਗਰਸ ਦੀ ਵੀ ਸਾਜ਼ਿਸ਼ ਆ ਉਸ ਤੋਂ ਬਾਅਦ ਆਮ ਆਦਮੀ ਤਾਂ ਹੈਗੀ ਹੋਈ ਹੈ ਤੇ ਉਹਨਾਂ ਨੂੰ ਫੀਲਡ ਖੁੱਲਾ ਮਿਲ ਗਿਆ ਅਕਾਲੀ ਦਲ ਨੂੰ ਕਿੱਥੇ ਖਹਿਰੇ ਨੇ ਇਹ ਮੋਰਚਾ ਸੰਭਾਲਿਆ ਵਸ ਸੋ ਖਹਿਰਾ ਅੱਜ ਅੰਦਰ ਆ ਮੈਨੂੰ ਕਾਂਗਰਸ ਦੇ ਲੀਡਰ ਦੱਸਣ ਹਾਈ ਕਮਾਂਡ ਬੇ ਤੁਸੀਂ ਉਸ ਨੂੰ ਬਾਹਰ ਲਿਆਉਣ ਵਾਸਤੇ ਕੀ ਕੀਤਾ ਸਰਕਾਰ ਖਰਾਬ ਤੁਸੀਂ ਸਾਰਾ ਪੰਜਾਬ ਜਾਮ ਕਰ ਦਿੰਦੇ ਲੋਕ ਆ ਕੇ ਤੁਹਾਡੇ ਨਾਲ ਬੈਹਂਦੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਬੈਹਂਦੇ ਤੇ ਤੁਸੀਂ ਆਪ ਦੇ ਬੰਦੇ ਨਾਲ ਨਹੀਂ ਖੜ ਸਕਦੇ ਤੇ ਵਰਕਰ ਤੁਹਾਡੇ ਤੋਂ ਕੀ ਉਮੀਦਾਂ ਕਰਨਗੇ ਜਿਹੜੇ ਪਿੰਡਾਂ ਚ ਵਰਕਰ ਨੇ ਸਾਡੇ ਇੱਕ ਵਰਕਰ ਆ ਐਮਸੀ ਆ ਤਿੰਨ ਵਾਰ ਐਮਸੀ ਰਿਆ ਬਰਨਾਲੇ ਤੋਂ ਉਹ ਤੇ ਲੁੱਟ ਖੋ ਦਾ ਪਰਚਾ ਦਿੱਤਾ ਅੰਦਰ ਕਰਤਾ ਤੇ ਉਹ ਐਕਸੈਪਟ ਕਰ ਰਿਹਾ ਸੀ ਵੀ ਮੇਰੇ ਨਾਲ ਆ ਕੇ ਬਰਨਾਲੇ ਦੀ ਕਾਂਗਰਸ ਖੜਜੂ ਸ਼ਾਇਦ ਰਾਜਾ ਬੜਿੰਗਾ ਕੇ ਖੜਜੂ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਾ ਮੈਂ ਉਹਨਾਂ ਵਰਕਰਾਂ ਨੂੰ ਕਹਿ ਰਿਹਾ ਕਿਸੇ ਵੀ ਪਾਰਟੀ ਦੇ ਵਰਕਰ ਨੇ ਵੀ ਤੁਹਾਡੀ ਲੋੜ ਇਹਨਾਂ ਸਰਕਾਰਾਂ ਨੂੰ ਉਦੋਂ ਤੱਕ ਹੀ ਆ ਜਦ ਸਰਕਾਰ ਹੈ ਨਹੀਂ ਸਰਕਾਰ ਆ ਗਈ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਸੋ ਅਜਾ ਤਾਂ ਇਹ ਸਿਸਟਮ ਹੋ ਰਿਹਾ ਦੱਸੋ ਇਹ ਜਾਂ ਤਾਂ ਲੀਡਰ ਡਰੇਵੇਂ ਨੇ ਆਪਦੇ ਵਰਕਰਾਂ ਦੀ ਸੇਫਟੀ ਕਰਨ ਤੁਸੀਂ ਜਦ ਖੈਰੇ ਦੀ ਨਹੀਂ ਕਰ ਸਕਦੇ ਤਾਂ ਕਾਂਗਰਸ ਹੋਰ ਵਰਕਰਾਂ ਦੀ ਕਿਹੜੀ ਸੇਫਟੀ ਕਰੋ ਦੱਸੋ ਸੋ ਆਮ ਆਦਮੀ ਨੇ ਇਹ ਚਮਾ ਸਿਸਟਮ ਮਤਲਬ ਇਸ ਨਾਲ ਇਸ ਤੋਂ ਨਲਾਇਕ ਬੰਦੇ ਮੈਂ ਕਹਣਾ ਇੱਕ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਨਾ ਚਾਹਣਾ ਵੀ ਮਹਾਪੁਰਸ਼ ਯਗਿਆਨੀ ਬੰਦੇ ਕਹਿੰਦੇ ਆ ਵੀ ਜਿਹੜੇ ਹਿੰਮਤੀ ਬੰਦੇ ਹੁੰਦੇ ਨੇ ਮਿਹਨਤੀ ਬੰਦੇ ਹੁੰਦੇ ਨੇ ਕਿਸਮਤਾਂ ਬਦਲ ਦਿੰਦੇ ਨੇ ਪਰ ਨਹੀਂ ਕਿਸਮਤਾਂ ਤੋਂ ਕਿਸਮਤ ਤੋਂ ਅੱਗੇ ਬੰਦਾ ਨਹੀਂ ਪਾਜ ਸਕਦਾ ਮੈਂ ਛੋਟੇ ਜੀ ਜੀਵਨ ਚ ਇਹ ਮੈਨੂੰ ਐਕਸਪੀਰੀਅੰਸ ਹੋ ਗਿਆ ਵੀ ਕਿਸਮਤ ਤੋਂ ਅੱਗੇ ਨਹੀਂ ਪਾ ਸਕਦਾ ਕਿਸਮਤ ਨਾਲ ਨਾ ਹੁੰਦੀ ਤਾਂ ਜਿਹੜੀ ਅਨਪੜ ਰਾਵੜੀ ਦੇਵੀ ਸੀ ਜਿਹਦੇ ਘਰੇ ਰੋਟੀ ਵੀ ਨਹੀਂ ਪੱਕਦੀ ਸੀ ਉਹ ਕਦੇ ਬਿਹਾਰ ਦੀ ਮੁੱਖ ਮੰਤਰੀ ਨਹੀਂ ਬਣ ਸਕਦੀ ਸੀ ਕਿਸਮਤ ਨਾਲ ਨਾ ਹੁੰਦੀ ਤਾਂ ਭਗਵਾਨ ਤਮਨ ਸੋਹਣੇ ਦੇਸ ਪੰਜਾਬ ਦਾ ਮੁੱਖ ਮੰਤਰੀ ਕਦੇ ਬਣ ਨਹੀਂ ਸਕਦਾ ਸੀ ਕਿਸਮਤ ਨਾਲ ਨਾ ਹੁੰਦੀ ਜਿਹੜੇ ਇਹਨਾਂ ਦੇ ਐਮਐਲਏ ਨੇ ਜਾਂ ਜਿਹੜੇ ਇਹਨਾਂ ਦੇ ਮਨਿਸਟਰ ਬਣੇ ਨੇ ਕਦੇ ਜੇ ਇਹਨਾਂ ਦੇ ਇਸ ਕੁਆਲਿਟੀ ਤੇ ਦੇਖਿਆ ਜਾਵੇ ਵੀ ਇਹਨਾਂ ਚ ਟੈਲੈਂਟ ਕੀ ਆ ਤਾਂ ਇਹ ਕਦੇ ਵੀ ਜਿੱਤ ਨਹੀਂ ਸਕਦੇ ਸੋ ਕਿਸਮਤਾਂ ਨੇ ਇਹਨਾਂ ਨੂੰ ਪਾਤਸ਼ਾਹੀਆਂ ਬਖਸ਼ਤੀਆਂ ਕਿਸਮਤ ਤੁਹਾਨੂੰ ਬਖਸ਼ ਦਿੰਦੀ ਹੈ ਪਰ ਉਸ ਨੂੰ ਹੰਡਾਉਣਾ ਕਿਸਮਤ ਤੁਹਾਡੇ ਤੇ ਛੱਡ ਦਿੰਦੀ ਆ ਵੀ ਇਸ ਤੇ ਕਦ ਇਸ ਚੀਜ਼ ਦੇ ਹੰਢਾਉਣ ਦੇ ਲਾਇਕ ਹੈਗਾ ਕਿ ਨਹੀਂ ਇਹ ਬੰਦਾ ਅੱਜ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਇਸ ਚੀਜ਼ ਦੇ ਲਾਇਕ ਨਹੀਂ ਵੀ ਜਿਹੜੀਆਂ ਕਿਸਮਤਾਂ ਨੇ ਇਹਨਾਂ ਨੂੰ ਬਾਦਸ਼ਾਹੀਆਂ ਬਖਸ਼ੀਆਂ ਉਸ ਨੂੰ ਹੰਢਾ ਸਕਣ ਹਰ ਪਾਸੇ ਦੇਖੋ ਚਾਹੇ ਕਣਕ ਆਟਾ ਧਾਲ ਆ ਹੋਰ ਸਾਰਾ ਸਿਸਟਮ ਇਹ ਇਹ ਸਾਰਾ ਸਿਸਟਮ ਕੀ ਆ ਦੱਸੋ ਅੱਜ ਜੇ ਮੈਂ ਕੰਮ ਕੀਤਾ ਜੇ ਮੈਨੂੰ ਸਸਪੈਂਡ ਕੀਤਾ ਵਾ ਸਸਪੈਂਡ ਕੀਤਾ ਤਾਂ ਮੈਂ ਹੱਸ ਕੇ ਸਵੀਕਾਰ ਕੀਤਾ ਵੀ ਕੋਈ ਗੱਲ ਨਹੀਂ ਮੈਂ ਤੁਹਾਡੇ ਖਿਲਾਫ ਖੜਾ ਤਾਂ ਤੁਸੀਂ ਤੁਹਾਡੇ ਕੋਲ ਬੜੀ ਪਾਵਰ ਆ ਸਰਕਾਰ ਕੋਲੇ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਮੇਰੇ ਨਾਲ ਤਾਂ ਨਾ ਮੈਂ ਕਾਂਗਰਸ ਚਾ ਨਾ ਮੈਂ ਅਕਾਲੀ ਦਲ ਚਾ ਨਾ ਮੈਂ ਆਮ ਆਦਮੀ ਦੇ ਤਾਂ ਵਿਰਧ ਭੋਗਤੀ ਰਹਾ ਮੇਰੇ ਨਾਲ ਜੇ ਖੜੇ ਨੇ ਤਾਂ ਪੰਜਾਬ ਦੇ ਕੁਝ ਲੋਕ ਖੜੇ ਨੇ ਜਿਹਨੇ ਮੇਰੇ ਨਾਲ ਹਾ ਦਾ ਨਾਰਾ ਮਾਰ ਰਹੇ ਨੇ ਪਰ ਇਹਨਾਂ ਨਾਲ ਲੜਾਈ ਲੜਨ ਦੀ ਲੋੜ ਐ ਡਰ ਕੇ ਆਪਾਂ ਘਰਾਂ ਚ ਬੈਠ ਜਾਾਂਗੇ ਤਾ ਇਹ ਹੱਥ ਤੇ ਹੱਥ ਤੱਕ ਕੁਝ ਨਹੀਂ ਹੋਣਾ ਇਮਤੀਆਜ਼ ਜੀ ਇਹਨਾਂ ਦੇ ਖਿਲਾਫ ਲੜਨਾ ਪਊਗਾ ਹੁਣ ਉਹ ਲੋਕ ਦੱਸੋ ਆਮ ਆਦਮੀ ਨੂੰ ਕਿਉਂ ਨਹੀਂ અપਨਾ ਰਹੇ ਉਹ ਲੋਕ ਰਾਜਸਥਾਨ ਚ ਹਾਰ ਗਏ ਨੋਟਾਂ ਨੂੰ ਵੱਧ ਵੋਟ ਪਈਗੀ ਛਤੀਸਗੜ ਹਾਰ ਗਏ ਉਸ ਤੋਂ ਪਹਿਲਾਂ ਗਜਰਾਤ ਹਾਰ ਗਏ ਹਰ ਜਗ੍ਹਾ ਇਹ ਹਾਰ ਰਹੇ ਨੇ ਉਹ ਬੇਵਕੂਫ ਲੋਕ ਥੋੜੀ ਨੇ ਯਾਰ ਜਾਂ ਤਾਂ ਪੰਜਾਬ ਦੇ ਲੋਕਾਂ ਨੇ ਠੇਕਾ ਲੈ ਲਿਆ ਐਕਸਪੀਰੀਅੰਸ ਕਰਨ ਦਾ ਨਵੇਂ ਨਵੇਂ ਸੋ ਇਹ ਅਤ ਸੋ ਚਲੋ ਤੁਸੀਂ ਆਮ ਆਦਮੀ ਆਮ ਘਰਾਂ ਦੇ ਲੋਕ ਸੀ ਇਹਨਾਂ ਨੂੰ ਸੰਭਾਤੀ ਰਾਜ ਸੱਤਾ ਹੁਣ ਫਿਰ ਤੁਸੀਂ ਕਿਉਂ ਰੌਲਾ ਪਾ ਰਹੇ ਹੋ ਵੀ ਸਾਰਾ ਪੰਜਾਬ ਕਿਉਂ ਧਰਨਾ ਦੇ ਖੇਤਰ ਚ ਖੇਤਰ ਬਣਿਆ ਵਾ ਸਾਰਾ ਪੰਜਾਬ ਤਰਨ ਮਾਸਟਰ ਅੱਡ ਧਰਨਾ ਲਾ ਰਹੇ ਨੇ ਕਿ ਉਹ ਇੱਕ ਵਾਰੀ ਚਰਚਲ ਕਹਿ ਗਿਆ ਸੀ ਚਰਚਲ ਜਿਹੜਾ ਵੈਸਟਰਨ ਚਰਚਲ ਸੀਗਾ ਉਥੋਂ ਦਾ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਉਹਨਾਂ ਨੇ ਆਪਣੇ ਲੋਕ ਨੂੰ ਲੋਕਾਂ ਦੇ ਬੜਾ ਵੱਡਾ ਮੇਨਾ ਮੇਨਾ ਮਾਰਿਆ ਸੀ ਵੀ ਇਹ ਲੋਕਾਂ ਨੂੰ ਵੋਟਾਂ ਦਾ ਹੱਕ ਨਾ ਦਿਓ ਇਹ ਵੋਟ ਦੀ ਕਦਰ ਕਰਨਾ ਨਹੀਂ ਜਾਣਦੇ ਅੱਜ ਮੈਨੂੰ ਵੀ ਆਪ ਦੇ ਆਪ ਚ ਦੇਖਣਾ ਪਊਗਾ ਮੈਂ ਜਿਹੜੀ ਵੋਟ ਪਾਉਣਾ ਵੀ ਮੈਂ ਕਿਹੜੀ ਸਿਹਤਮੰਦ ਸੋਚ ਨਾਲ ਵੋਟ ਪਾ ਰਿਹਾ ਮੇਰੀ ਡਿਵੈਲਪਮੈਂਟ ਸੋਚ ਆ ਮੇਰੀ ਐਜੂਕੇਸ਼ਨ ਸੋਚ ਆ ਮੇਰੀ ਹੈਲਥ ਸੋਚ ਆ ਮੇਰੀ ਸਪੋਰਟਸ ਸੋਚ ਆ ਇਹ ਹਰ ਖੇਤਰ ਚ ਜਾ ਰਹੇ ਤਾਂ ਫਿਸੜੀ ਹੋ ਗਏ ਸੋ ਇਹਨਾਂ ਦਾ ਕੋਈ ਹੱਲ ਨਹੀਂਗਾ ਤੇ ਮੈਂ ਆਪਣੇ ਲੋਕਾਂ ਨੂੰ ਤੁਹਾਡੇ ਜ਼ਰੀਏ ਹੱਥ ਬੰਨ ਕੇ ਪਹਿਲਾਂ ਵੀ ਬੇਨਤੀ ਕੀਤੀ ਆ ਹੁਣ ਵੀ ਕਰ ਰਿਹਾ ਸਿਹਤਮੰਦ ਬੇਨਤੀ ਆ ਵੀ ਅਗਲੀਆਂ ਲੋਕ ਸਭਾ ਚ ਤੁਸੀਂ ਵੋਟਾਂ ਪਾਉਣੀਆਂ ਨੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਨੂੰ ਵੋਟ ਪਾਓ ਨਾ ਪਾਓ ਪਾੜ ਕੇ ਸਿੱਟ ਦਿਓ ਆਪਦੀ ਵੋਟ ਜੇ ਕਿਤੇ ਨਹੀਂ ਯੂਜ਼ ਕਰਨੀ ਕਿਸੇ ਪਾਰਟੀ ਨੂੰ ਪਾਓ ਨਾ ਪਾਓ ਪਰ ਆਮ ਆਦਮੀ ਪਾਰਟੀ ਤੁਹਾਡੀ ਵੋਟ ਦਾ ਹੱਕਦਾਰ ਨਹੀਂ ਹੈਗੀ ਜਿੰਨੇ ਮੇਰਾ ਛੋਟਾ ਜਿਹਾ ਜੀਵਨ ਆ ਛੋਟਾ ਜਿਹਾ ਰਾਜਨੀਤਿਕ ਜੀਵਨ ਆ ਇਹ ਲੋਕ ਡਿਸਰਵ ਵੀ ਨਹੀਂ ਕਰਦੇ ਯਾਰ ਇਹ ਚੀਜ਼ਾਂ ਡਿਸਰਵ ਕਰਦੇ ਨੇ ਇੱਕ ਸਰਪੰਚ ਆ ਉਹ ਵੀ ਤੋਲ ਮੋਲ ਕੇ ਗੱਲ ਕਹਿੰਦਾ ਯਾਰ ਵੀ ਮੇਰੇ ਕੋਈ ਮੈਥੋਂ ਐਸੀ ਗੱਲ ਨਾ ਮੂੰਹੋਂ ਨਿਕਲ ਜੇ ਵੀ ਲੋਕ ਮੇਰੇ ਵਿਰੁੱਧ ਹੋ ਜਾਣ ਜਾਂ ਵੀ ਲੋਕਾਂ ਨੂੰ ਨਾ ਪਾਉਂਦੀ ਹੋਵੇ ਕੋਈ ਐਸੀ ਗੱਲ ਨਾ ਮੇਰੇ ਮੂੰਹੋਂ ਨਿਕਲ ਜੇ ਸੋ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਅੱਜ ਭਗਵੰਤ ਮਾਨ ਨੇ ਜਿਹੜੇ ਹੁਣ ਤੱਕ ਬਿਆਨ ਦਿੱਤੇ ਉਹਨੂੰ ਜ਼ਿੰਦਗੀ 'ਚ ਇਹ ਕਦੇ ਪਤਾ ਹੀ ਨਹੀਂ ਸੀ ਉਹਦਾ ਉਹਦੇ ਨਾਲ 트ਰੇਜੇਡੀ ਹੋ ਗਈ ਸਾਡੇ ਨਾਲ 트ਰੇਜੇਡੀ ਹੋ ਗਈ ਉਹ ਮੁੱਖ ਮੰਤਰੀ ਬਣ ਗਿਆ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਸੁਪਨੇਚ ਵੀ ਮੈਂ ਮੁੱਖ ਮੰਤਰੀ ਬਣ ਜੂ ਕਹੇ ਜੇ ਕਹੇ ਜੇ ਬਿਆਨ ਦਿੰਦਾ ਤਾਈਓ ਦਾ ਦਿੰਦਾ ਸੀ ਨਾ ਜਿਹਨੇ ਆਲਰੇਡੀ ਆਉਣਾ ਹੁੰਦਾ ਵੀ ਮੈਂ ਕੱਲ ਨੂੰ ਭਈ ਐਮਐਲਏ ਬਣ ਸਕਦਾ ਐਮਪੀ ਬਣ ਸਕਦਾ ਮੁੱਖ ਮੰਤਰੀ ਉਹ ਕੋਸ਼ਿਸ਼ਾ ਸੋਚ ਕੇ ਬੋਲੂ ਪ੍ਰੋਟੋਕੋਲ ਤਹਿਤ ਬੋਲੂਗਾ ਇਹਨਾਂ ਨੇ ਗਨਮੈਨ ਲਏ ਆ ਜੀ ਇਹ ਜਹਾਜ਼ਾਂ ਤੇ ਫਿਰ ਰਹੇ ਨੇ ਜੀ ਇਹ ਅੱਜ ਵੀਆਈਪੀ ਕਲਚਰ ਦੇ ਆਦੀ ਨੇ ਜੀ ਇਹ ਐਂ ਕਰ ਰਹੇ ਨੇ ਉਹ ਕਰ ਰਹੇ ਨੇ ਅੱਜ ਉਹ ਸਾਰਾ ਕੁਝ ਉਹਤੇ एक्सपोज ਹੋ ਗਿਆ ਨਾ ਜਹਾਜ਼ ਲੈ ਕੇ ਜਾ ਰਿਹਾ ਚੋਣਾ ਚ ਦੂਜੀਆਂ ਸਟੇਟਾਂ ਚ ਠੀਕ ਆ ਤੇ ਗਨਮੈਨ ਆਪ ਲੈ ਬੇ ਨੇ ਤੇ ਲੋਕਾਂ ਦੀ ਸੁਰੱਖਿਆ ਦਾ ਕੀ ਅੱਜ ਦੱਸੋ ਇਮਤੀਆਜ਼ ਜੀ ਲੋਕ ਮਰ ਰਹੇ ਨੇ ਲੁੱਟਾਂ ਖੋਹਾਂ ਨਸ਼ਾ ਕਤਲੋਗਾਰਦ ਵੋਟਾਂ ਵੋਟਾਂ ਤਾਂ ਇਹ ਭੁੱਲ ਜਾਣ ਇਹਨੂੰ ਹਿੰਦੁਸਤਾਨ ਨੇ ਨਹੀਂ ਅਪਣਾਉਣਾ ਦਿੱਲੀ ਜਿਹੜੀ ਟ੍ਰੈਜੇਡੀ ਹੋਈ ਸੀ ਨਾ ਇੱਕ ਨਿਰਪਿਆ ਕਾਂਡ ਹੋਇਆ ਸੀ ਬਲਾਤਕਾਰ ਦਾ ਉਸ ਬੱਚੀ ਨਾਲ ਉੱਥੋਂ ਉਪਜੀ ਵੀ ਇਹ ਪਾਰਟੀ ਆ ਇਹ ਮੌਕਾ ਪ੍ਰਸਤ ਸੀਗੇ ਉਸ ਚੀਜ਼ ਨੂੰ ਇਹਨਾਂ ਨੇ ਕੈਸ਼ ਕਰ ਲਿਆ ਆ ਨਾ ਅੰਦੋਲਨ ਚ ਉੱਠ ਕੇ ਇਹਨਾਂ ਨੇ ਦਿੱਲੀ ਦਾ ਤੇ ਪੰਜਾਬ ਦਾ ਬੇੜਾ ਗਰਕ ਕੀਤਾ ਦਿੱਲੀ ਪੰਜਾਬ ਦੀ ਹੋਈ ਐ ਤੇ ਆਪਾਂ ਐਕਸਪੈਰੀਮੈਂਟ ਕਰਨ ਚ ਲੱਗੇ ਵਿਆਂ ਅੱਜ ਐਕਸਪੈਰੀਮੈਂਟ ਕਰਨ ਦਾ ਟਾਈਮ ਨਹੀਂ ਆ ਅੱਜ ਮੈਂ ਮਾਰਨ ਦਾ ਵੀ ਕਾਲੀ ਵੀ ਮਾੜੇ ਕਾਂਗਰਸੀ ਵੀ ਮਾੜੇ ਤੇ ਆਮ ਆਦਮੀ ਵੀ ਮਾੜੀ ਠੀਕ ਆ ਤੇ ਫਿਰ ਲੋਕ ਕਰਨ ਕੀ ਜਾਣ ਕਿਥੇ ਮੈਂ ਇੱਕ ਬਦਲ ਦਿੰਨਾ ਮੈਂ ਬਦਲ ਦਿੰਨਾ ਵੀ ਤੁਸੀਂ ਜਿਹੜਾ ਇੱਕ ਲੱਤ ਤੇ ਖੜਾ ਪੰਜਾਬ ਪੱਖੀ ਗੱਲ ਕਰ ਰਿਹਾ ਲੋਕਾਂ ਦੀ ਗੱਲ ਕਰ ਰਿਹਾ ਮੁੱਖ ਮੰਤਰੀ ਵੀ ਬਣ ਰਿਹਾ ਸੀ ਕਿਸੇ ਸਮੇਂ ਬੀਪੀ ਸੰਗ ਦੀ ਸਰਕਾਰ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਫਿਰ ਹੁਣ ਆਪਾਂ ਇਹਨਾਂ ਨੂੰ ਵੀ ਅਜ਼ਮਾ ਲਈ ਅੱਜ ਐਮਪੀ ਆ ਲੋਕ ਸਭਾ ਹਲਕਾ ਸੰਗਰੂਰ ਦਾ ਤੋਂ ਉਥੋਂ ਜੇ ਸਿਮਰਜੀਤ ਸਿੰਘ ਮਾਨ ਚਿੱਤਿਆ ਤਾਂ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਇਮਤੀਆਜ਼ ਜੀ ਉਹ ਵੱਡੀ ਗੱਲ ਆ ਆਮ ਆਦਮੀ 92 ਸੀਟਾਂ ਲੈ ਕੇ ਪੰਜਾਬ ਚ ਜਿੱਤ ਗਈ ਐਮਪੀ ਸੀਟ ਉਹਨਾਂ ਦੀ ਉਥੋਂ ਬਾਉਂਸ ਬੈਕ ਕੀਤਾ ਸਿਮਰਜੀਤ ਸਿੰਘ ਮਾਨ ਨੇ ਇਹਨਾਂ ਦਾ ਅਸਮੇਗ ਜਿਹੜਾ ਹੁੰਦਾ ਨਾ ਅਸਮੇਗ ਯੱਗ ਕਰਾਉਂਦੇ ਹੁੰਦੇ ਆ ਘੋੜੇ ਛੱਡਦੇ ਹੁੰਦੇ ਆ ਉਹਨੂੰ ਜਿਹੜਾ ਫੜ ਲਿਓ ਉਹਦੇ ਨਾਲ ਲੜਨਾ ਹੁੰਦਾ ਫਿਰ ਉਹਦੀ ਮਹਾਰਤਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹੀ ਫੜੀ ਆ ਮੋੜਾ ਪਾਇਆ ਇਥੋਂ ਠੀਕ ਆ ਤਾਂ ਮੈਂ ਤਾਂ ਸਮੁੱਚੇ ਦੇਸ਼ ਪੰਜਾਬ ਨੂੰ ਬੇਨਤੀ ਕਰਦਾ ਇਹ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਸਿੱਖ ਧਰਮ ਜਿੱਥੇ ਪੈਦਾ ਹੋਇਆ ਉਹ ਧਰਤੀ ਹੈ ਇੱਥੇ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵੀ ਜੇ ਕਿਸੇ ਤੋਂ ਜ਼ੁਲਮ ਹੁੰਦਾ ਤਾਂ ਉਸ ਦੇ ਨਾਲ ਤੁਸੀਂ ਖੜੋ ਹਥਿਆਰਬੰਦ ਸੰਘਰਸ਼ ਕਰੋ ਤੇ ਜੇ ਹਿੰਦੂਆਂ ਤੇ ਜ਼ੁਲਮ ਹੋਇਆ ਤਾਂ ਹਿੰਦੂਆਂ ਦੀ ਰੱਖਿਆ ਵਾਸਤੇ ਅੱਜ ਸਿੱਖ ਪੈਦਾ ਹੋਇਆ ਨਾ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨਾ ਤੇ ਉਹ ਵੀ ਜਿਹੜੇ ਪੰਜਾਬੀ ਹਿੰਦੂ ਨੇ ਉਹ ਵੀ ਸਿੱਖ ਆਈਡਿਓਲੋਜੀ ਨੂੰ ਮੰਨਦੇ ਆ ਸੋ ਮੈਂ ਅੱਜ ਕਹਿਣਾ ਵੀ ਇਹ ਪੰਜਾਬ ਪੱਖੀ ਵੀ ਫਿਰ ਸਿੱਖਾਂ ਪੱਖੀ ਪੱਖੀ ਵੀ ਸਰਕਾਰ ਆਉਣੀ ਚਾਹੀਦੀ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਿੱਖਾ ਪੱਖੀ ਕੋਈ ਸਰਕਾਰ ਆਈ ਨਹੀਂ ਤਾਂ ਸਿਮਰਜੀਤ ਸਿੰਘ ਮਾਨ ਮੈਨੂੰ ਲੱਗਦਾ ਵੀ ਇਹ ਜਿਹੜਾ ਸਿਸਟਮ ਡਿੱਗ ਚੁੱਕਿਆ ਉਸ ਨੂੰ ਜੇ ਮੋੜਾ ਪਾਊਗਾ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਪਾਊਗਾ ਸੋ ਸਾਡਾ ਤਾਂ ਇਹ ਚੀਜ਼ਾਂ ਦੇਖਦੇ ਦੇਖਦੇ ਸਮਾਜ ਚ ਲੜਦੇ ਲੜਦੇ ਲੋਕਾਂ ਦੀ ਲੜਾਈ ਲੜਦੇ ਲੜਦੇ ਸੁਭਾਅ ਵੀ ਬਾਗੀ ਹੋ ਗਿਆ ਅੱਜ ਜਿਸੀ ਮੌਕਾ ਪ੍ਰਸਤਤਾ ਹੈ ਨਹੀਂਗੇ ਨਾ ਜੇ ਮੌਕਾ ਪ੍ਰਸਤ ਹੁੰਦੇ ਤਾਂ ਕਾਂਗਰਸ ਚ ਹੀ ਰਹਿੰਦੇ ਜੇ ਮੌਕਾ ਪ੍ਰਸਤ ਹੁੰਦੇ ਆਮ ਆਦਮੀ ਪਾਰਟੀ ਚ ਕੋਈ ਅਹੁਦਾ ਲੈ ਲੈਂਦੇ ਜਾਂ ਉਹਨਾਂ ਨਾਲ ਹੀ ਰਲ ਕੇ ਕੰਮ ਕਰਦੇ ਸੋ ਅਸੀਂ ਤਾਂ ਜਿਹੜੀ ਲੋਕਾਂ ਨੂੰ ਚੀਜ਼ ਚੰਗੀ ਲੱਗੂ ਜਿਹੜੀ ਕਮਜ਼ੋਰ ਕੜੀ ਹੋ ਚੁੱਕੀ ਆ ਸਿੱਖਾਂ ਨੇ ਅੱਜ ਸਿਮਰਜੀਤ ਸਿੰਘ ਮਾਨਤਾ ਇਹ ਕਦੇ ਨਹੀਂ ਮੰਨਦਾ ਵੀ ਮੈਂ ਕਮਜ਼ੋਰ ਆ ਉਹ ਤਾਂ ਇੱਕ ਥਾਪੜ ਦਾ ਵੀ ਮੈਂ ਜਿੱਥੇ ਖੜਾ ਖੜਾ ਪਰ ਕਮਜ਼ੋਰ ਕੜੀ ਤਾਂ ਕਰਤਾ ਨਾ ਜਿਹੜਾ ਸਿੱਖਾਂ ਦੀ ਗੱਲ ਕਰਦਾ ਉਹ ਕਮਜ਼ੋਰ ਕੜੀ ਤਾਂ ਹੋ ਗਿਆ ਨਾ ਸਿਮਰਜੀਤ ਸਿੰਘ ਮਾਨ ਅੱਜ ਜੇ ਸੰਗਰੂਤੋ ਜਿੱਤਾਇਆ ਜਿੱਤਿਆ ਪਰ 6-7000 ਵੋਟ ਨਾਲ ਸੋ ਉਹੇ ਜੇ ਬੰਦੇ ਨੂੰ ਆਉਣ ਵਾਲੇ ਸਮੇਂ 'ਚ ਲੋਕ ਸਭਾ ਉਹਨਾਂ ਦੀ ਪਾਰਟੀ ਨੂੰ ਲੋਕ ਸਭਾ ਸੀਟਾਂ ਦਿੱਤੀ ਜਾਵੇ ਤੇ ਵਿਧਾਨ ਸਭਾ 'ਚ ਵੀ ਤੇ ਮੈਂ ਮਾਨ ਸਾਹਿਬ ਨੂੰ ਹਮੇਸ਼ਾ ਬੇਨਤੀ ਕਰਦਾ ਰਹਨਾ ਵੀ ਤੁਹਾਡੇ ਜਿਹੜੇ ਹਮਰਤਬਾ ਲੋਕ ਨੇ ਜਿਹੜੇ ਤੁਹਾਡੇ ਸੋਚ ਦੇ ਅਕੋਰਡਿੰਗ ਫਿੱਟ ਬੈਠਦੇ ਨੇ ਤਾਂ ਉਹਨਾਂ ਨਾਲ ਤੁਹਾਨੂੰ ਸਮਝੌਤੇ ਕਰਕੇ ਅੱਗੇ ਵਧਣਾ ਚਾਹੀਦਾ ਤੇ ਅੱਜ ਪੰਜਾਬ ਦੀ ਜਵਾਨੀ ਇਹਨਾਂ ਨੇ ਨਰਕ ਚ ਤੱਕਦੀ ਆ ਠੀਕ ਆ ਸਾਰੀ ਸਾਡੀ ਨੌਜਵਾਨ ਪੀੜ੍ਹੀ ਕੂਚ ਕਰ ਚੁੱਕੀ ਆ ਜਿਹੜੇ ਮੇਰੇ ਵਰਗੇ ਆਏ ਨੇ ਤੇ ਸਾਡਾ ਹਾਲ ਦੇਖ ਲਓ ਪਰਚਿਆਂ ਦੀ ਸ਼ਗਾਤ ਆ ਠੀਕ ਆ ਤੇ ਜੇ ਕੰਮ ਕਰਦੇ ਆ ਤੇ ਕੋਲੋਂ ਜੇਬਾ ਚ ਲਾ ਕੇ ਜੇ ਲੀਗਲ ਕੰਮ ਕੀਤੇਵੇਂ ਨੇ ਮਤਿਆਂ ਅਨਸਾਰ ਉਹ ਪੈਸੇ ਰੋਕ ਦਿੱਤੇ ਜਾਂਦੇ ਨੇ ਤੁਸੀਂ ਇਮਤੀਆਜ਼ ਜੀ ਆਇਓ ਕਦੇ ਮੈਂ ਤਾਂ ਲਗਾਤਾਰ ਮਤਲਬ 2008 ਤੋਂ ਸਰਪੰਚੀ ਦੀ ਇਲੈਕਸ਼ਨ ਲੜ ਰਿਹਾ ਤੀਸਰਾ ਟਰਮਾ ਮੇਰਾ ਲੋਕਾਂ ਨੇ ਬੜਾ ਸਤਿਕਾਰ ਦਿੱਤਾ ਇਸ ਵਾਰ ਵਕਤ ਮਾਤਾ ਜੀ ਲੜੇ ਸੀਗੇ ਇਲੈਕਸ਼ਨ ਤੇ ਮੈਂ ਉਹਨਾਂ ਨੂੰ ਅੱਗੇ ਰੱਖ ਕੇ ਚਿਹਰਾ ਬਣਾ ਕੇ ਇਲੈਕਸ਼ਨ ਲੜਿਆ ਸੀ ਤੇ ਉਹਨਾਂ ਦੀ ਕੰਮਾਂ 'ਚ ਮੈਂ ਮਦਦ ਕਰਦਾ ਸੀ ਤੇ ਹਰ ਜਗ੍ਹਾ ਮੇਰੇ ਤੇ ਰੁਕ ਟੋਕ ਹੁੰਦੀ ਸੀ ਵੀ ਇਹ ਸਰਪੰਚ ਨਹੀਂ ਇਹਦੀ ਮਾਤਾ ਸਰਪੰਚ ਤਾਂ ਮੈਂ ਤਾਂ ਲਾਣਤੀ ਹਾਂ ਉਹ ਜਿਹੜੇ ਲਾਹਣਤੀ ਲੋਕ ਨੇ ਭੇਡਾਂ ਨੇ ਉਹਨਾਂ ਨੂੰ ਮੈਂ ਕਹਿਣਾ ਵੀ ਮੈਂ ਕਿੱਥੇ ਇੱਕ ਅਜੇ ਤੱਕ ਲਿਖਿਆ ਸਰਪੰਚ ਆ ਮੈਂ ਠੀਕ ਆ ਮੈਨੂੰ ਲੋਕ ਸਰਪੰਚ ਕਹਿੰਦੇ ਨੇ ਸ਼ੁਰੂ ਤੋਂ ਠੀਕ ਆ ਮੈਂ ਲੀਗਲ ਜਿਹੜਾ ਕੋਈ ਕੋਈ ਨਹੀਂ ਪੱਥਰ ਆ ਉਸ ਤੇ ਸਰਪੰਚ ਲਿਖਿਆ ਕੋਈ ਮੇਰਾ ਮਤੇ ਤੇ ਸਾਈਨ ਆ ਤਾਂ ਦੱਸੋ ਮੇਰੀ ਤਾਂ ਸੰਵਿਧਾਨਕ ਤੌਰ ਤੇ ਮਾਤਾ ਸਰਪੰਚ ਆ ਮੈਂ ਮੰਨਿਆ ਤੁਸੀਂ ਹੁਣ ਕਾਰਜਕਾਰੀ ਪੰਚ ਲਾਇਆ ਉਹ ਦੱਸੋ ਸਰਕਾਰੀ ਪੈਸੇ ਦੇ ਖਰਚ ਤੇ ਉਹ ਸਾਡੇ ਪੰਚਾਇਤਕਾਰ ਵੀ ਸਰਪੰਚ ਲਿਖੀ ਬੈਠਾ ਬੋਰਡ ਤੇ ਉਹ ਨਹੀਂ ਪੱਥਰਾਂ ਤੇ ਵੀ ਜਿਹੜਾ ਤੁਸੀਂ ਕਹਿੰਦੇ ਸੀ ਇੱਥੇ ਭੋਲੇ ਦਾ ਨਾਮ ਲਖਾਵਾਂਗੇ ਭੋਲੇ ਮਿਸਤਰੀ ਦਾ ਨਾਮ ਲਖਾਵਾਂਗੇ ਠੀਕ ਆ ਗਿੰਦੂ ਮਜ਼ਦੂਰ ਦਾ ਨਾਮ ਲਖਾਵਾਂਗੇ ਉੱਥੇ ਵੀ ਆਪਦੇ ਆਪ ਨੂੰ ਸਰਪੰਚ ਲਿਖਣ ਲੱਗ ਗਿਆ ਮੈਨੂੰ ਇਹ ਦੱਸਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੇਰਾ ਸਵਾਲ ਹੈ ਵੀ ਦੱਸੋ ਸਰਪੰਚ 5 ਸਾਲਾਂ ਵਾਸਤੇ ਇੱਕ ਵਾਰੀ ਚੁਣਿਆ ਜਾਂਦਾ ਉਸ ਤੋਂ ਬਾਅਦ 2022 ਚ 21 ਚ ਤੁਸੀਂ ਕਦੋਂ ਸਰਪੰਚੀ ਦੀਆਂ ਚੋਣਾਂ ਕਰਤੀਆਂ ਵੀ ਉਹ ਸਰਪੰਚ ਲਿਖਣ ਲੱਗ ਗਿਆ ਬੰਦਾ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ ਕਿ ਅਸੀਂ ਵੀ ਆਪ ਦੇ ਨਾਮ ਨਹੀਂ ਲਿਖਿਆ ਕਰਨੇ ਅਸੀਂ ਮਜ਼ਦੂਰਾਂ ਦੇ ਨਾਮ ਲਿਖਿਆ ਕਰਾਂਗੇ ਉਹ ਤਾਂ ਜਿਹੜੇ ਸਰਪੰਚ ਹੈ ਨਹੀਂ ਕਾਰਜਕਾਰੀ ਪੰਚ ਆ ਉਹ ਬੋਰਡਾਂ ਤੇ ਲਿਖੀ ਜਾਂਦੇ ਨੇ ਸਰਪੰਚ ਤੇ ਜੇ ਤਾਂ ਭਗਵੰਤ ਮਾਨ ਦੀ ਮਾਤਾ ਕਿਤੇ ਜਾਵੇ ਤਾਂ ਤਾਂ ਭਈ ਉਹ ਹੁਣ ਰਤਬਾ ਉਹਨਾਂ ਦਾ ਵੱਡਾ ਹੋ ਗਿਆ ਤਾਂ ਉਹ ਅਦਗਟਣ ਕਰ ਸਕਦੇ ਆ ਜੇ ਕਿਤੇ ਉਨ੍ਹਾਂ ਦੇ ਸਤਿਕਾਰਯੋਗ ਭੈਣ ਜਾਵੇ ਉਹ ਉਦਘਾਟਨ ਕਰ ਸਕਦੇ ਉਹਦੇ ਫੈਮਿਲੀ ਦੇ ਗੁਰਪ੍ਰੀਤ ਕੌਰ ਡਾਕਟਰ ਜਾ ਰਹੀ ਹੈ ਪ੍ਰੋਗਰਾਮਾਂ ਚ ਮੁੱਖ ਮੰਤਰੀ ਦੇ ਅੰਚ ਸੋ ਸਾਡੇ ਵਰਗਾ ਜੇ ਆਪਣੀ ਮਾਤਾ ਦੇ ਨਾਲ ਜਾ ਕੇ ਖੜਦਾ ਤਾਂ ਇਹਨਾਂ ਦੇ ਬੜੀ ਪੀੜ ਹੁੰਦੀ ਆ ਕਲੇਜ ਸੋ ਇਹ ਪੀੜ ਤੁਹਾਡੀ ਖਤਮ ਨਹੀਂ ਹੋਣ ਦੇਣੀ ਅਸੀਂ ਅਸੀਂ ਤਾਂ ਡੰਕੇ ਦੀ ਝੋਟ ਤੇ ਕਿਹਾ ਵੀ ਆਪਣੇ ਪਿੰਡਾਂ ਦਾ ਸੁਧਾਰ ਕਰਨ ਵਿਕਾਸ ਕਰਨ ਆਏ ਸੀ ਤੇ ਉਹ ਕਰਤਾ ਨਹੀਂ ਕੁਝ ਕੁਝ ਲੋਕ ਅਜਿਹੇ ਵੀ ਆ ਜਿਹੜੇ ਕਮੈਂਟ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਜਿੰਦਾਬਾਦ ਆ ਜਿੰਦਾਬਾਦ ਹਜੇ ਵੀ ਮਤਲਬ ਜੇ ਕੋਈ ਧਰਨਾ ਵੀ ਲੱਗਿਆ ਉਹਦੇ ਥੱਲੇ ਵੀ ਕਹਿ ਦਿੰਦੇ ਕਿ ਨਹੀਂ ਐਵੇਂ ਲਾਈ ਬੈਠਿਆ ਉਹ ਲੋਕ ਕਿਹੜੇ ਆ ਫਿਰ ਅਜਿਹੇ ਜਿਹੜੇ ਜਿਹੜੇ ਇਹ ਜਿਹੇ ਲੋਕ ਆ ਇਮਤਿਆਜ਼ੀ ਮੈਂ ਅਕਸਰ ਸੋਸ਼ਲ ਮੀਡੀਆ ਤੇ ਵਿਚਰ ਰਿਹਾ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸੋਸ਼ਲ ਮੀਡੀਆ ਦੀ ਸਰਕਾਰ ਆ ਇਹਨੂੰ ਹੁਣ ਤੁਸੀਂ ਸੋਸ਼ਲ ਮੀਡੀਆ ਰਾਹੀਂ ਟਾਓ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਉਹ ਲੋਕ ਕਮੈਂਟ ਕਰ ਰਹੇ ਆ ਉਹਨਾਂ ਦੀ 99% ਆਈਡੀ ਲੌਕਡ ਮਿਲੂਗੀ ਤੁਹਾਨੂੰ ਠੀਕ ਆ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂਗਾ ਨਾ ਉਹ ਕਿਸੇ ਮਾਪਿਓ ਦਾ ਉਸਲੇ 도ਗਲੇ ਬੰਦੇ ਨੇ ਠੀਕ ਆ ਤੁਸੀਂ ਆਈਟੀ ਸੈੱਲ ਦੇ ਇਹਨਾਂ ਦੇ ਬੰਦੇ ਆ ਆਈਟੀ ਸੈੱਲ ਇਹਨਾਂ ਨੇ ਇੰਨਾ ਮਜ਼ਬੂਤ ਕਰ ਲਿਆ ਮਤਲਬ ਬੇਈਮਾਨੀ ਦਾ ਰਾਜ ਪੈਦਾ ਕੀਤਾ ਵਾ ਹਰ ਇੱਕ ਝੂਠੀ ਚੀਜ਼ ਨੂੰ ਝੂਠ ਬੋਲਦਾ ਮੁੱਖ ਮੰਤਰੀ ਹਰ ਜਗ੍ਹਾ ਸ਼ਰੇਆਮ ਝੂਠ ਬੋਲ ਰਿਹਾ ਕਦੇ ਕਿਸੇ ਘੋੜਿਆਂ ਬਾਰੇ ਕਹਿ ਰਿਹਾ ਅਸੀਂ ਕੀ ਲੈਣਾ ਭਾਈ ਮਜੀਠੀਆ ਦੇ ਪਰਿਵਾਰ ਦੇ ਘੋੜਿਆਂ ਤੋਂ ਸਾਨੂੰ ਤਾਂ ਪਤਾ ਵੀ ਨਹੀਂ ਸੀ ਮਜੀਠੀਆ ਦਾ ਪਰਿਵਾਰ ਹੈ ਕੀ ਹੈ ਨਹੀਂ ਤੇ ਉਹਨਾਂ ਨੇ ਤਾਂ ਕੱਢ ਮਾਰਿਆ ਵੀ ਅਸੀਂ ਤਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਅਸੀਂ ਤਾਂ ਸ਼ਹਾਦਤਾ ਦਿੰਦੇ ਹੋਂ ਨੇ ਸੋ ਇਹ ਤਾਂ ਸਾਡਾ ਅੱਜ ਟੌਪਿਕ ਹੈ ਨਹੀਂਗਾ ਸਾਡਾ ਟੌਪਿਕ ਆ ਪੰਜਾਬ ਦਾ ਨਸ਼ਾ ਕਿਵੇਂ ਤੁਸੀਂ ਖਤਮ ਕਰੋਗੇ ਰੇਤਾ ਬਜਰੀ ਸਾਡਾ ਟੌਪਿਕ ਸਾਡਾ ਟੌਪਿਕ ਆ ਇਥੋਂ ਦਾ ਜਿਹੜਾ ਕਿਸਾਨ ਮਜ਼ਦੂਰ ਆ ਉਹਨਾਂ ਦੀ ਹਾਲਤ ਤੁਸੀਂ ਵੱਧ ਤੋਂ ਬੱਤਰ ਕਰਤੀ ਠੀਕ ਆ ਤੁਸੀਂ ਸਾਨੂੰ ਹਜੇ ਗੜੇਮਾਰੀ ਦਾ ਮੁਆਵਜ਼ਾ ਨਹੀਂ ਦਿੱਤਾ ਉਸ ਤੋਂ ਬਾਅਦ ਤਿੰਨ ਮੁਆਵਜ਼ੇ ਹੋਰ ਮੁਰਗੀਆਂ ਫਲਾਣਾ ਧਮਕਾ ਯਾਰ ਇੱਕ ਮੁੱਖ ਮੰਤਰੀ ਦਾ ਕਰਤਾਰ ਇਹ ਹੋਣਾ ਚਾਹੀਦਾ ਯਾਰ ਉਹ ਵੀ ਇਸ ਦੇਸ਼ ਦਾ ਤੇ ਮੈਂ ਤਾਂ ਕਹਿੰਦਾ ਵੀ ਇਹਨਾਂ ਨੇ ਇਹ ਜਿਹੇ ਹਾਲਾਤ ਪੈਦਾ ਕਰਤੇ ਨੇ ਦੁਖੀ ਹੋ ਕੇ ਨੌਜਵਾਨ ਹਥਿਆਰ ਨਾਲ ਚੱਕ ਲੈਣ ਜਿਹੜਾ ਇਹਨਾਂ ਨੇ ਸਿਸਟਮ ਅਸੀਂ ਹੁਣ ਪੜ੍ਹ ਲਿਖ ਗਿਆ ਸੀ ਤਾਂ ਸੋਚ ਰਿਹਾ ਵੀ ਚਲੋ ਲੋਕ ਰਾਜ ਰਹੀ ਚੱਲੀਏ ਲੋਕ ਰਾਜ ਰਹੀਂ ਜੇ ਸਾਡੇ ਇਸ ਤਰ੍ਹਾਂ ਅਧਿਕਾਰ ਮਾਰੇ ਗਏ ਤਾਂ ਕੱਲ ਨੂੰ ਨੌਜਵਾਨ ਆਈ ਹਥਿਆਰਾਂ ਵੱਲ ਪ੍ਰੇਰਿਤ ਹੋ ਜਾਂਦੇ ਆ ਤੇ ਇਹਦਾ ਦੋਸ਼ ਆਮ ਆਦਮੀ ਪਾਰਟੀ ਤੇ ਹੋਣਾ ਹਜੇ ਵੀ ਬੰਦੇ ਸਮਝਦਾਰ ਆ ਵੀ ਉਧਰ ਨਹੀਂ ਜਾ ਰਹੇ 84 ਹੋਇਆ ਹਥਿਆਰਬੰਦ ਸੰਘਰਸ਼ ਹੋਇਆ ਸੋ ਅਗਲੀ ਪੀੜ੍ਹੀ ਐਫਸੀ ਸੀ ਅਸੀਂ ਫਿਰ ਸੋਚ ਲਿਆ ਵੀ ਨਹੀਂ ਵਈ ਜਿਹੜਾ ਇਹਨਾਂ ਦਾ ਲੋਕਰਾਜ ਤਰੀਕਾ ਉਸ ਨਾਲ ਹੀ ਚੱਲਿਆ ਜਾ ਹੁਣ ਸਾਡੇ ਤੇ ਕਿਸੇ ਤੇ ਨਿਸਾਜ ਪਰ ਤੇ ਕੋਈ ਚੱਕ ਕੇ ਡਿਬਰੂਗੜ ਮਾਰਿਆ ਕਿ ਕੋਈ ਜੇ ਇਲੈਕਟਡ ਹੋਇਆ ਮੈਂ ਮੈਂ ਜੇ ਇਲੈਕਟਡਾ ਮੇਰੇ ਮਾਤਾ ਇਲੈਕਟਡ ਨੇ ਮੈਂ ਹਿਸਟਰੀਕਲ ਵਿਨ ਕੀਤੀ ਆ ਯਾਰ ਤੁਹਾਡੇ ਕੋਲੇ ਤੁਹਾਡੀ ਸਰਕਾਰ ਕੋਲੇ ਡਾਟੇ ਨੇ ਤੁਸੀਂ ਪਹਿਲਾਂ ਤਾਂ ਇਲੈਕਸ਼ਨ ਕਮਿਸ਼ਨ ਤੋਂ ਡਾਟਾ ਲਓ ਸਰਪੰਚ ਝੂਠ ਬੋਲਦਾ 70 ਸਾਲਾਂ ਦੇ ਇਤਿਹਾਸ ਚ ਜੇ ਇੰਨੀ ਕਿਸੇ ਨੂੰ ਵੋਟ ਤੇ ਪਰਸੈਂਟੇਜ ਜਿੰਨੀ ਮੇਰੀ ਮਾਤਾ ਜੀ ਨੂੰ ਪਈ ਆ ਤਾਂ ਕੱਢ ਕੇ ਦਿਖਾ ਦੇਣ 4752 ਮੈਂ ਵੋਟਾਂ ਕਲੇਮ ਕਰ ਰਿਹਾ 4752 ਤੋਂ 4751 ਵੋਟ ਵੀ ਰਹਿ ਗਈ ਤਾਂ ਕਰ ਦਿਓ ਸਾਡੇ ਤੇ ਕਾਰਵਾਈ ਸੋ ਐਸ ਕਦਰ ਇੱਕ ਪਿੰਡ ਸੋਚ ਨੂੰ ਅੱਗੇ ਵਧਾ ਰਿਹਾ ਤੇ ਤੁਸੀਂ ਇੱਕ ਜਿਹੜੇ ਮੇਰੇ ਬ੍ਰਿੱਧ ਮਾਤਾ ਨੇ ਉਹਨੂੰ ਇਹਨਾਂ ਨੇ ਸਸਪੈਂਡ ਕੀਤਾ ਅਸੀਂ ਐਕਸੈਪਟ ਕੀਤਾ ਅਸੀਂ ਕੋਈ ਮਰੇ ਥੋੜੀ ਆ ਅਸੀਂ ਤਾਂ ਦੂਨੇ ਚੋਨੇ ਹੋ ਕੇ ਅੱਜ ਸਰਕਾਰ ਨੂੰ ਮਿਲ ਰਹੇ ਇੱਕ ਸਰਪੰਚ ਤੁਹਾਡੇ ਨਾਲ ਇਹ ਕੁਆਲਿਟੀ ਪੇਸ਼ ਕਰਦਾ ਅੱਜ ਸਰਪੰਚ ਠੀਕ ਆ ਹਰਫਨ ਮੌਲਾ ਜਿਹੜਾ ਇਹ ਸਰਪੰਚ ਅੱਜ ਕੁਆਲਿਟੀ ਤੁਹਾਡੇ ਮੂਰੇ ਪੇਸ਼ ਕਰਦਾ ਵੀ ਤੁਸੀਂ ਆਪ ਦੀ ਜਿਹੜੀ ਕੈਬਨਟ ਸਾਰੀ ਕੈਬਨਟ ਨੂੰ ਮੈਂ ਚੈਲੰਜ ਕਰਦਾ ਕਿਹੜੇ ਖੇਤਰ ਚ ਆ ਕੇ ਮੇਰਾ ਮੁਕਾਬਲਾ ਕਰੋ ਤੁਸੀਂ ਤੁਸੀਂ ਵਾਲੀਬਾਲ ਮੈਚ ਮੇਰੇ ਨਾਲ ਖੇਡਣਾ ਖੇਡਾਂ ਦੇ ਖੇਤਰ ਚ ਤੁਸੀਂ 7 6 ਬੰਦੇ ਇੱਕ ਪਾਸੇ ਹੋ ਜਾਂ ਮੈਂ ਇਕੱਲਾ ਇੱਕ ਪਾਸੇ ਖਲੂ ਹਰਾ ਦੋ ਮੈਨੂੰ ਤੁਸੀਂ ਬੈਡਮਿੰਟਨ ਮੇਰੇ ਨਾਲ ਮੈਚ ਲਾਉਣਾ ਲਾ ਲੋ ਪਵੰਤਮਾਨ ਜੀ ਪੰਜ ਕੈਬਨਿਟ ਦੇ ਬੰਦੇ ਕੱਢ ਲਾ ਫੁੱਟਬਾਲ ਪੰਜ ਇੱਕ ਪਾਸੇ ਹੋ ਜਾਣਗੇ ਇਕੱਲਾ ਇੱਕ ਗਰਾਊਂਡ 'ਚ ਖੇਡੂਗਾ ਖੇਡ ਲੈਣ ਕ੍ਰਿਕਟ 'ਚ ਖੇਡਣਾ ਦੱਸੋ ਆਪਾਂ ਇੱਕ ਜਿਹੜਾ ਮੀਨੀ ਓਵਰ ਖੇល ਲੈਣੇ ਆ ਪੰਜ-ਪੰਜ ਓਵਰਾਂ ਦਾ ਖਾਲੀ ਗਰਾਊਂਡ 'ਚ ਇਕੱਲੇ ਚੌਕੇ ਤੇ ਛੱਕੇ ਗਿਰਾਵਾਂਗੇ ਪੰਜ ਓਵਰ ਤੇਰਾ ਜਿਹੜਾ ਕੈਬਨਿਟ ਦਾ ਸਭ ਤੋਂ ਕੋਈ ਤਕੜਾ ਵਜ਼ੀਰ ਹੋਵੇ ਸਪੋਰਟਸ ਨਾਲ ਰੱਖਦਾ ਹੋਵੇ ਤੇ ਪੰਜ ਓਵਰ ਮੈਂ ਬੋਲਿੰਗ ਕਰੂ ਪੰਜ ਹੋ ਕਰ ਲੈ ਮੈਨੂੰ ਬੋਲਿੰਗ ਕਿਸੇ ਖੇਤਰ 'ਚ ਸਾਨੂੰ ਮਾਤ ਪਰਾਓ ਸਾਡੇ ਨਾਲ ਕਿਸਮਤ ਹੈ ਨਹੀਂ ਕੀ ਜੋ ਕਿਸਮਤ ਹੋਣੀ ਕਿਸਮਤ ਨਾਲ ਹੋਣੀ ਜ਼ਰੂਰੀ ਹੈ ਇਹ ਜੇ ਸਾਡੇ ਪੱਖਛੈ ਨਹੀਂ ਪਰ ਲੋਕ ਅੱਜ ਜੇ ਮੇਰੇ ਵਰਗਾ ਮੁੰਡਾ ਉੱਠ ਕੇ ਪਿੰਡਾਂ ਚੋਂ ਕੰਮ ਕਰ ਰਿਹਾ ਲੋਕਾਂ ਦੀ ਆਵਾਜ਼ ਬਣ ਰਿਹਾ ਤੇ ਮੈਨੂੰ ਲੋਕਾਂ ਦਾ ਤਾਂ ਸਾਥ ਹੈਗਾ ਨਾ ਪਾਰਟੀਆਂ ਤਾਂ ਕਹਿਣਗੀਆਂ ਪਾਰਟੀ ਤਾਂ ਉਹੀ ਸਾਥ ਦੇਊ ਜਿਹਦੇ ਨਾਲ ਮੈਂ ਜੁੜੂੰਗਾ ਜਿਵੇਂ ਜੇ ਇਸੇ ਤਰ੍ਹਾਂ ਹਾਲਾਤ ਰਹਿੰਦੇ ਫਿਰ ਉਹਨਾਂ ਵਾਲਾ ਪੁਆਖ ਕੀ ਦੇਖਦੇ ਆਂ ਮਨ ਦੀ ਪਾਰਟੀ ਤਾਂ ਜਿਵੇਂ ਕਹਿੰਦੇ ਆ ਕਿ ਅਸੀਂ ਤਾਂ ਹੁਣ ਕੰਮ ਕਰਾਂਗੇ ਤਾਂ ਲੋਕ ਵੋਟ ਪਾਉਣਗੇ ਮੈਂ ਤਾਂ ਲੋਕਾਂ ਨੂੰ ਵੋਟ ਅਪੀਲ ਕਰਦੀ ਹੱਥ ਜੋੜ ਕੇ ਅਪੀਲ ਕਰਦੀ ਵੀ ਇਹਨਾਂ ਨੂੰ ਵੋਟ ਪਾਉਣ ਤੋਂ ਵਧੀਆ ਵੀ ਤੁਸੀਂ ਖੂਚ ਵੋਟ ਸਿੱਟ ਦੋ ਪਰ ਇਸ ਟਰਮ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਇਹਨਾਂ ਨੂੰ ਵੋਟ ਪਾਈ ਕਦੇ ਮੈਂ ਉਹਨਾਂ ਨੂੰ ਰੋਕਿਆ ਨਹੀਂ ਵੀ ਤੁਸੀਂ ਇਹਨਾਂ ਨੂੰ ਵੋਟ ਕਿਉਂ ਪਾ ਰਹੇ ਹੋ ਪਾਓ ਠੀਕ ਆ ਕੋਈ ਸੋਚਿਆ ਸੀ ਵੀ ਯਾਰ ਕੋਈ ਸਿਸਟਮ ਇਹ ਸੁਧਾਰਨਗੇ ਪਰ ਇਹਨਾਂ ਕੋਲੇ ਨਾ ਤਾਂ ਅਕਲ ਅਕਲ ਹੈਗੀ ਕਾ ਉਹ ਜਿਹੜਾ ਕੁਝ ਕਹਿ ਰਿਹਾ ਉਹ ਸਹੀ ਕਹਿ ਰਿਹਾ ਯਾਰ ਸੁਖਬੀਰ ਬਾਦਲ ਜੀ ਅੱਜ ਕਹਿ ਰਿਹਾ ਸੋ ਅੱਜ ਪੰਜਾਬ ਦੀ ਜਿਹੜੀ ਰਾਜਨੀਤੀ ਦਾ ਲੈਵਲ ਆ ਬੜਾ ਮਤਲਬ ਗਰਾਉਂਡ ਲੈਵਲ ਗਟਰ ਲੈਵਲ 'ਚ ਜਾਣ ਵਾਲਾ ਕਿਉਂਕਿ ਇਹ ਮੁੱਖ ਮੰਤਰੀ ਦੀ ਇਹ ਭਾਸ਼ਾ ਨਹੀਂ ਹੋਣੀ ਚਾਹੀਦੀ ਮੁੱਖ ਮੰਤਰੀ ਦੀ ਜੇ ਭਾਸ਼ਾ ਤਾਂ ਉਸ ਨੂੰ ਕਾਊਂਟਰ ਅਟੈਕ ਵਾਸਤੇ ਜਿਹੜੀਆਂ ਸਾਰੀਆਂ ਪਾਰਟੀਆਂ ਨੂੰ ਤਾਂ ਉਸੇ ਲੈਵਲ ਤੇ ਮਿਲ ਕੇ ਇਹਨਾਂ ਨਾਲ ਮਿਲਣਾ ਪਊਗਾ ਮਿਲ ਰਹੇ ਨੇ ਹੁਣ ਉਹ ਬੰਦੇ ਉਸੇ ਲੈਵਲ ਤੇ ਜਿਹੜਾ ਇਹਦਾ ਲੈਵਲ ਆ ਦੱਸੋ ਯਾਰ ਤੁਸੀਂ ਮੈਨੂੰ ਇਮਤੀਆਜ਼ ਜੀ ਦੱਸੋ ਕੀ ਮਿਸ ਹੈਪਨਿੰਗ ਸਮਾਜ ਚ ਨਹੀਂ ਹੁੰਦੀ ਕਿਸੇ ਦਾ ਤਲਾਕ ਹੋ ਗਿਆ ਕਿਸੇ ਦੀ ਵਾਈਫ ਮਰ ਗਈ ਕਿਸੇ ਦਾ ਕੁਛ ਹੋ ਗਿਆ ਤੇ ਬੱਚਿਆਂ ਵਾਸਤੇ ਕੋਣ ਸੈਕਰੀਫਾਈਸ ਨਹੀਂ ਕਰਦਾ ਤੇ ਇੱਕ ਮੁੱਖ ਮੰਤਰੀ ਦਾ ਵਿਆਹ ਕਰਾਉਣਾ ਕਿੰਨੀ ਕੁ ਜ਼ਰੂਰਤ ਸੀਗੀ ਗੱਲ ਇਹਨੇ ਆਪਣੇ ਨੂੰ ਐਗਜ਼ਾਮਪਲ ਸੈਟ ਬੈਕ ਕਰਨਾ ਸੀ ਵੀ ਮੈਂ ਆਪਣੇ ਬੱਚਿਆਂ ਵਾਸਤੇ ਜੀਵਾਂਗਾ ਮੈਂ ਸੋਹਣੇ ਦੇਸ਼ ਪੰਜਾਬ ਵਾਸਤੇ ਜੀਵਾਂਗਾ ਤੇ ਮੈਂ ਤਾਂ ਕਹਿੰਦਾ ਚਲੋ ਉਹ ਕੋਈ ਭਰਾਈ ਨਹੀਂ ਵਿਆਹ ਕਰਾਉਣਾ ਪਰ ਤੁਸੀਂ ਆ ਚੀਜ਼ਾਂ ਕੀ ਕਰ ਰਹੇ ਹੋ ਤੁਹਾਡੇ ਉਹ ਕਹਿ ਰਿਹਾ ਮਜੀਠਿਆ ਵੀ ਆ ਦੱਸੋ ਭਾਈ ਉੱਥੇ ਤੁਹਾਡੀ ਵੀਡੀਓ ਦਿਖਾ ਰਹੇ ਆ ਇਹਨਾਂ ਚੋਂ ਇਹਦੀ ਬੇਟੀ ਕੌਣ ਆ ਤਿੰਨਾਂ ਚੋਂ ਇਹਦੀ ਵਾਈਫ ਕੌਣ ਆ ਤੇ ਦੇਖ ਲਿਆ ਨਾ ਉਹ ਲੈਵਲ ਤੇ ਆ ਗਏ ਨਾ ਉਹ ਸਾਰੇ ਸੋ ਜਿਸ ਤਰ੍ਹਾਂ ਪਰ ਸੋਚਿਆ ਨਹੀਂ ਸੀ ਵੀ ਜੇ ਸਾਡਾ ਮੁਖੀਆ ਵਧੀਆ ਹੁੰਦਾ ਨਾ ਤਾਂ ਸਾਡੀ ਰਾਜਨੀਤਿਕ ਦੇ ਜਿਹੜੇ ਹੈਗੇ ਲੈਵਲ ਬੜੇ ਉੱਚੇ ਜਾਣੇ ਸੀ ਪੰਜਾਬ ਨੂੰ ਤਾਂ ਸਮੁੱਚਾ ਵਰਲਡ ਫਾਲੋ ਕਰਦਾ ਪਰ ਹੁਣ ਫਾਲੋ ਕਰਨੋਂ ਹਟ ਜਾਣਾ ਤੇ ਪੰਜਾਬੀ ਜਿੰਨਾ ਮਰਜੀ ਕਹੀ ਜਾਣ ਮੈਂ ਵੀ ਜਿੰਨਾ ਮਰਜੀ ਕਹੀ ਜਾਵਾਂ ਵੀ ਅਸੀਂ ਪੰਜਾਬੀ ਹੁੰਨੇ ਆ ਅਸੀਂ ਐ ਥਾਪੀ ਮਾਰਦੇ ਆ ਚੱਕਦੇ ਆ ਅਸੀਂ ਦਰਿਆਵਾਂ ਦੇ ਬੰਨ ਮੋੜ ਦਿੰਦੇ ਆ ਪਰ ਆਪਾਂ ਨੂੰ ਇਹ ਸਰਕਾਰਾਂ ਨੇ ਢਾ ਲਿਆ ਅੱਜ ਇਹ ਸੱਚਾਈ ਹੈ ਢਾ ਲਿਆ ਸਿੱਖ ਕੌਮ ਨੂੰ ਦਬਾ ਲਿਆ ਜੇ ਸਿੱਖ ਕੌਮ ਉੱਠਣ ਵਾਲੀ ਹੁੰਦੀ ਤਾਂ ਜਿੱਦੇ ਭਾਈ ਅਮਰਤਪਾਲ ਸਿੰਘ ਨੂੰ ਅੰਦਰ ਕੀਤਾ ਸੀ ਸਾਰਾ ਪੰਜਾਬ ਉੱਠ ਖੜਦਾ ਉਹੀ ਗੱਲ ਆਪਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਗੁਲਾਮ ਹੋ ਚੁੱਕੇ ਆ ਨਾ ਤਾਂ ਅਕਾਲੀ ਦਲ ਵੀ ਭਾਈ ਅਮਰਤਪਾਲ ਦੇ ਵਿਰੋਧ ਸੀ ਕਾਂਗਰਸ ਵੀ ਵਿਰੋਧ ਸੀ ਆਮ ਆਦਮੀ ਵੀ ਵਿਰੋਧ ਫੇਰ ਉੱਠਦਾ ਕਿਹੜਾ ਬੰਦਾ ਇਹਨਾਂ ਚੋਂ ਤੇ ਲੀਡਰਸ਼ਿਪ ਮਿਲੀ ਨਹੀਂ ਜਿਹੜੀ ਗਾਈਡ ਕਰ ਸਕੇ ਲੋਕਾਂ ਨੂੰ ਤੇ ਉਸ ਤੋਂ ਬਿਨਾਂ ਅੱਜ ਲੋਕਾਂ ਨੂੰ ਲੋੜ ਹੈ ਵੀ ਪਿੰਡਾਂ 'ਚ ਲੀਡਰ ਪੈਦਾ ਕਰੋ ਜੀ ਕਸਬੇ ਮਹੱਲਿਆਂ 'ਚ ਲੀਡਰ ਪੈਦਾ ਕਰੋ ਤੇ ਆਹੀ ਤਾਂ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਤਾਂ ਬਨੀਆਂ ਹੋਈਆਂ ਦਿੱਲੀ ਦੀ ਬਈ ਤੁਸੀਂ ਆਹ ਮੁੱਦਾ ਚੱਕ ਸਕਦੇ ਹੋ ਆਹ ਮੁੱਦਾ ਨਹੀਂ ਚੱਕ ਸਕਦੇ ਠੀਕ ਸੋ ਆਹ ਚੀਜ਼ਾਂ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅਕਸਰ ਆਉਂਦੇ ਹੋ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਦਾ ਸੋ ਇਹ ਜਿਹੜੇ ਵਿਚਾਰ ਆ ਜਿਹਨੂੰ ਚੰਗੇ ਲੱਗੇ ਉਹ ਮੇਰੇ ਨਾਲ ਖੜ ਜੇ ਮੇਰੀ ਸੋਚ ਨਾਲ ਖੜ ਜੇ ਜਿਹਨੂੰ ਨਹੀਂ ਚੰਗੇ ਲੱਗੇ ਸਕਿਪ ਕਰ ਦੇ ਪਰ ਜੇ ਤੁਸੀਂ ਕੁਝ ਕਰਨਾ ਨਾ ਤੁਹਾਡੇ ਇੱਥੇ ਵੀ ਬੜੇ ਮੈਸੇਜ ਆਉਂਦੇ ਆ ਜੇ ਕਰਨਾ ਤਾਂ ਤੁਸੀਂ ਬੰਦੇ ਬਣ ਕੇ ਕਮੈਂਟ ਕਰਿਓ ਆਪਣੀਆਂ ਜਿਹੜੀਆਂ ਲੀਗਲ ਆਈਡੀਆਂ ਉਸ ਤੋਂ ਕਮੈਂਟ ਕਰਿਓ ਫਿਰ ਅਸੀਂ ਉਸ ਸਾਰਾ ਕੁਝ ਚੈੱਕ ਕਰ ਦਿੰਦੇ ਆ ਵੀ ਤੁਸੀਂ ਕਿਹੜੀ ਜ਼ਮਾਤ ਨੂੰ ਉਹ ਕਰਦੇ ਫੋਲੋ ਕਰਦੇ ਆ ਸੋ ਆਮ ਆਦਮੀ ਨੂੰ ਫੋਲੋ ਕਰਨਾ ਮਤਲਬ ਪੰਜਾਬ ਨੂੰ ਮਤਲਬ ਅੱਗ ਲਾਉਣੀ ਹੈ ਇਹਨੂੰ ਘਰ ਤੇ ਚ ਸਿੱਟਣਾ ਇਹਨੂੰ ਅਤਵਾਦ ਹੈ ਵੱਟ ਡੂ ਯੂ ਮੀਨ ਬਾਈ ਅੱਤਵਾਦ ਅੱਤਵਾਦ ਉਸ ਨੂੰ ਕਹਿੰਦੇ ਜਿਸ ਨੇ ਅੱਤ ਤੋਂ ਬਾਅਦ ਅੱਤ ਚੱਕੀ ਹੁੰਦੀ ਹੈ ਇਹ ਪਾਰਟੀ ਨੇ ਅੱਤ ਚੱਕੀ ਵੀ ਆ ਚਾਰੋਂ ਪਾਸੇ ਅੱਤ ਚੱਕੀ ਵੀ ਤੇ ਅੱਜ ਉਹ ਸ਼ਰਾਬ ਘਟਾਲੇ ਦੀ ਗੱਲ ਕਰ ਰਹੀ ਆ ਮਾਈਨਿੰਗ ਰੇਤੇ ਦੀ ਗੱਲ ਕਰ ਰਹੀ ਆ ਤਾਂ ਅਸੀਂ ਪੰਜਾਬੀ ਐਕਸੈਪਟ ਕਰ ਰਹੇ ਵੀ ਇਹ ਬੰਦੇ ਅੰਦਰ ਜਾਣੇ ਚਾਹੀਦੇ ਪਰ ਇਹਨਾਂ ਰਲਿ ਮਿਲੀ ਹੋਗੀ ਕਾਂਗਰਸ ਨਾਲ ਆਉਣ ਵਾਲੇ ਸਮੇਂ 'ਚ ਉਹੀ ਇਹਨਾਂ ਨੂੰ ਪ੍ਰੋਟੈਕਟ ਕਰੂ ਕਾਂਗਰਸ ਪਾਰਟੀ ਸੋ ਇਸ ਕਰਕੇ ਜੇ ਇਹਨਾਂ ਇੱਕਠੇ ਹੋ ਕੇ ਲੋਕ ਸਭਾ ਚੋਣਾਂ ਲੜਦੇ ਆ ਤਾਂ ਸਮੁੱਚੇ ਦੇਸ਼ ਪੰਜਾਬ ਨੂੰ ਇਹਨਾਂ ਨੂੰ ਵੱਡੀ ਮਾਤ ਦੇਣੀ ਚਾਹੀਦੀ ਜੀ ਧੰਨਵਾਦ ਧੰਨਵਾਦ ਹੈ ਤਾਂ ਗਲਬਤ ਕੀਤੀ ਸੁਖਵਿੰਦਰ ਸਿੰਘ ਕਲਕੱਤਾ ਜੀ ਨਾਲ ਉਹਨਾਂ ਨੇ तमाम ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਉਹਨਾਂ ਦਾ ਕਹਿਣਾ ਕਿ ਖੇਤਰੀ ਪਾਰਟੀ ਕੋਈ ਬਣਨ ਦੀ ਲੋੜ ਹੈ ਉਹਨਾਂ ਨੂੰ ਜਿਤਾਉਣ ਦੀ ਲੋੜ ਹੈ ਫਿਰ ਜਾ ਕੇ ਪੰਜਾਬ ਦੀ ਤਸਵੀਰ ਬਦਲ ਸਕਦੀ ਹੈ ਸਾਰੇ ਸਵਾਲਾਂ ਦੇ ਉਹਨਾਂ ਨੇ ਆਪਣਾ ਬੇਬਾਕੀ ਨਾਲ ਜਵਾਬ ਦਿੱਤੇ ਉਮੀਦ ਕਰਦੇ ਆ ਇੰਟਰਵਿਊ ਚੰਗੀ ਲੱਗੀ ਹੋਊਗੀ ਦੇਖਦੇ ਰਹੋ ਰੋਕਵਾਸ ਟੀਵੀ ਧੰਨਵਾਦ